ਕਿ ਲੋਕ ਇੱਥੇ ਸੈਰ ਕਰਨ ਵਾਸਤੇ ਆਉਂਦੇ ਨੇ ਅਤੇ ਆਪਣੀਆਂ ਬਿਮਾਰੀਆਂ ਦੂਰ ਕਰਨ ਵਾਸਤੇ। ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ, ਮੱਛਰ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ, ਇਹ ਮੱਛਰ ਜਿਹੜਾ ਬੈਠਾ ਹਰੀ ਹਰੀ ਘਾਹ ਕਾਈ ਜੰਮੀ ਆ, ਇਹ ਮੱਛਰ ਕਿਤੇ ਕਿਤੇ ਮਲੇਰੀਆ ਦਾ ਜਿਹੜਾ ਡੇਂਗੂ ਦਾ ਜਿਹੜਾ ਰੂਪ ਧਾਰਨ ਕਰ ਸਕਦਾ। ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉਬਾਲੇ ਮਾਰ ਰਿਹਾ ਵਾ, ਪਤਾ ਨਹੀਂ ਕਿੰਨੇ ਦਿਨ ਹੋ ਗਏ ਇਸ ਪਾਣੀ ਨੂੰ ਉਬਾਲੇ ਮਾਰਦੇ ਨੂੰ, ਪਰ ਅੱਜ ਤੱਕ ਕਿਸੇ ਨੇ ਇਸਦੀ ਸਾਰ ਨਹੀਂ ਲਈ। ਤੁਹਾਨੂੰ ਕਿਸ ਤਰ੍ਹਾਂ ਦੇ ਦਿਓ, ਲੋਕਾਂ ਦੀ ਸਹੂਲਤ ਵਾਸਤੇ ਆਨੰਦ ਪਾਰਕ ਬਣਾਇਆ ਗਿਆ ਸੀ, ਪਰ ਅੱਜ ਕਿਤੇ ਕਿਤੇ ਬਿਮਾਰੀ ਦਾ ਘਰ ਬਣ ਚੁੱਕਿਆ ਹੈ। 4,490 ਸਕੁਆਇਰ ਮੀਟਰ ਦੇ ਉੱਪਰ 3.5 ਕਰੋੜ ਰੁਪਇਆ ਖਰਚ ਕੇ ਇੱਕ ਐਸੀ ਜਲਿਆਂ ਵਾਲਾ ਬਾਗ ਜਿਹੜੇ ਸ਼ਹੀਦ ਹੋਏ ਸੀ, ਮਾਰਟੀਅਰ ਸੀ, ਉਹਨਾਂ ਦੀ ਯਾਦਗਾਰੀ ਇੱਥੇ ਬਣਾਈ ਗਈ ਸੀ। 3.5 ਕਰੋੜ ਰੁਪਏ ਦੇ ਉੱਪਰ ਖਰਚ ਹੋਇਆ। ਪਰ ਤੁਸੀਂ ਔਨ ਗਰਾਊਂਡ ਦੇ ਹਾਲਾਤ ਦੇਖ ਲਓ, ਜਿਹੜਾ ਇਹਦਾ ਸਰਾਊਂਡਿੰਗਸ 'ਤੇ ਟਰੈਕ ਵੀ ਬਣਿਆ ਉਹ ਵੀ ਗੰਦੇ ਪਾਣੀ ਦੇ ਨਾਲ ਭਰਿਆ ਹੋਇਆ, ਪੂਰੀ ਗੰਦਗੀ ਦੇ ਨਾਲ ਭਰਿਆ ਹੋਇਆ। ਅਸੀਂ ਦੇਖਿਆ ਵੀ ਕੋਈ ਲਾਈਟ ਦਾ ਸਿਸਟਮ ਨਹੀਂ ਹੈ, ਤਾਰਾਂ ਜਿਹੜੀਆਂ ਸਾਰੀਆਂ ਨੰਗੀਆਂ ਨੇ, ਕਿਤੇ ਕਰੰਟ ਜਿਹੜਾ ਲੱਗ ਸਕਦਾ ਵਾ। ਦੇਖੋ, ਸਾਨੂੰ ਇੱਥੋਂ ਆ ਕੇ ਇਹੀ ਲੱਗਦਾ ਕਿ ਸਾਡੀ ਕੌਮ ਜਿਹੜੀ ਸੂਰਵੀਰਾਂ ਦੀ, ਸ਼ਹੀਦਾਂ ਦੀ, ਕੌਮ ਦੇ ਯੋਧਿਆਂ ਦੀ ਗੱਲਾਂ ਕਰਦੀ ਆ, ਉਹ ਲੱਗਦਾ ਅੱਜ ਦੇ ਸਮੇਂ ਦੇ ਸਿਰ ਵਿੱਚ ਸਿਰਫ ਕਾਗਜ਼ੀ ਗੱਲਾਂ ਹੀ ਰਹਿ ਗਈਆਂ, ਹਵਾਈ ਗੱਲਾਂ ਹੀ ਰਹਿ ਗਈਆਂ। ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ, ਤੁਸੀਂ ਇਹ ਯਾਦਗਾਰ ਦੇ ਹਾਲਾਤ ਤੁਸੀਂ ਦੇਖ ਲਓ ਕਿ ਜਿਹੜਾ ਮੈਸਕੇਅਰ ਹੋਇਆ ਸੀ, ਇੰਨੇ ਲੋਕਾਂ ਦੀ ਜਾਨਾਂ ਗਈਆਂ ਸੀ, ਪੰਜਾਬ ਦਾ ਇਤਿਹਾਸ ਬਣ ਕੇ ਰਹਿ ਗਿਆ। ਪਰ ਕਿਸ ਤਰ੍ਹਾਂ ਜਦੋਂ ਬਾਹਰੋਂ ਲੋਕ ਟੂਰਿਸਟ ਇੱਥੇ ਆ ਕੇ ਯਾਦਗਾਰਾਂ ਨੂੰ ਵੇਖਦੇ ਨੇ, ਕਿ ਲੱਗਦਾ ਨਹੀਂ ਸਾਡੇ ਵਾਸਤੇ ਸ਼ਰਮ ਦੀ ਗੱਲ ਆ ਵੀ ਕਿੱਥੇ ਗਈ ਸਰਕਾਰਾਂ ਦੇ ਕੀ ਹਾਲਾਤ ਨੇ, ਕਾਰਪੋਰੇਸ਼ਨ ਦੇ ਕੀ ਹਾਲਾਤ ਨੇ, ਕਿਉਂ ਨਹੀਂ ਨਵਾਂ ਜਿਹੜਾ ਧਿਆਨ ਦਿੱਤਾ ਜਾ ਰਿਹਾ। ਸਾਡੇ ਨਾਲਾਇਕ, ਨਾ ਅਹਿਲ, ਇਨਕੰਪੀਟੈਂਟ ਲੀਡਰਸ ਨੂੰ ਆਪਣੀ ਚੌਧਰ ਵਾਸਤੇ, ਪੈਸੇ ਕਮਾਉਣ ਵਾਸਤੇ, ਠੱਗੀਆਂ ਮਾਰਨ ਵਾਸਤੇ, ਕਮਿਸ਼ਨਸ ਲੈਣ ਵਾਸਤੇ ਬਹੁਤ ਸਾਰੇ ਉਪਰਾਲੇ ਉਹ ਇੱਦਾਂ ਦੇ ਕਰ ਦਿੰਦੇ ਆ ਕਿ ਚਲੋ ਇੱਥੇ ਪ੍ਰੋਜੈਕਟ ਲਿਆਵਾਂਗੇ, ਕਰੋੜਾਂ ਰੁਪਏ ਲਾਵਾਂਗੇ, ਉਹਦੇ ਵਿੱਚੋਂ ਬਹੁਤ ਸਾਰੀ ਕਮਿਸ਼ਨ ਸਾਨੂੰ ਮਿਲ ਗਈਆਂ, ਬਾਅਦ ਦੇ ਵਿੱਚ ਭਾਵੇਂ ਕੋਈ ਢੱਠੇ ਖੂਹ ਦੇ ਵਿੱਚ ਜਾਵੇ। ਤੁਸੀਂ ਪਿੰਡਾਂ 'ਚ ਜੇ ਪਿੰਡ ਨੂੰ ਕਿਤੇ ਇੱਦਾਂ ਦੀ ਜਗ੍ਹਾ ਦਿੱਤੀ ਹੁੰਦੀ ਤਾਂ ਸਵਰਗ ਹੁਣ ਨੂੰ ਬਣਾ ਦੇਣਾ ਸੀ। ਤੁਸੀਂ ਆਪ ਦੇਖ ਲਓ, ਅਤੇ ਜਿਹੜੇ ਸ਼ਹਿਰੀ ਲੋਕ ਆ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿ ਰਿਹਾ, ਪਰ ਮੈਂ ਇਹਨਾਂ ਵੇ ਕਹਿ ਰਿਹਾ ਕਿ ਇਹ ਲੋਕ ਜਿਹੜੇ ਪੌਸ਼ ਏਰੀਏ ਦੇ ਲੋਕ ਆ, ਉਹ ਮੂੰਹ ਨਾਲ ਗੱਲਾਂ ਜਾਰੀਆਂ ਕਰਦੇ ਆ, ਹੱਥਾਂ ਨਾਲ ਕੰਮ ਕੋਈ ਨਹੀਂ ਕਰਦੇ। ਓਵਰਆਲ ਇਹ ਠੀਕ ਹੈ ਕਿ ਜਦੋਂ ਦਾ ਬਦਲਾਅ ਵਾਲੀ ਸਰਕਾਰ ਪੰਜਾਬ ਦੇ ਵਿੱਚ ਆ ਗਈ ਆ, ਉਹਨਾਂ ਨੇ ਪੂਰੇ ਸ਼ਹਿਰ ਦਾ ਪੂਰਾ ਮਲੀਆਮੇਟ ਕਰ ਦਿੱਤਾ ਨਕਸ਼ਾ। ਲਾਅ ਐਂਡ ਆਰਡਰ ਦੀ ਸਥਿਤੀ ਉਹ ਮਾੜੀ ਆ, ਪਾਰਕਾਂ ਦੀ ਸਥਿਤੀ ਮਾੜੀ ਆ, ਕੂੜੇ ਦਾ ਪ੍ਰਬੰਧ ਉਹਨੂੰ ਸੰਭਾਲਣ ਦਾ ਕਿਤੇ ਵੀ ਸ਼ਹਿਰ ਦੇ ਵਿੱਚ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ, ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਜੇ ਅੰਮ੍ਰਿਤਸਰ ਸਾਹਿਬ ਦੇ ਆਨੰਦ ਪਾਰਕ ਦੀਆਂ, ਜਿਸੇ ਕਿ ਅਕਾਲੀ ਭਾਜਪਾ ਵਾਲੀ ਸਰਕਾਰ ਵੱਲੋਂ ਜਿਹੜਾ ਕਿ ਉਹ ਪਾਰਕ ਬਣਾਇਆ ਗਿਆ ਸੀ ਲੋਕਾਂ ਦੀ ਸਹੂਲਤ ਵਾਸਤੇ। ਤੁਸੀਂ ਦੇਖ ਸਕਦੇ ਹੋ ਆਨੰਦ ਪਾਰਕ ਜਿਹੜਾ ਕਿ ਲੋਕਾਂ ਦੀ ਸਹੂਲਤ ਵਾਸਤੇ ਉਸ ਸਮੇਂ ਖੋਲ੍ਹਿਆ ਗਿਆ ਸੀ ਅਕਾਲੀ ਭਾਜਪਾ ਦੀ ਸਰਕਾਰ ਦੇ, ਅਤੇ ਉਸ ਤੋਂ ਬਾਅਦ ਕੀ ਹਾਲਾਤ ਹੋ ਗਏ ਨੇ ਪਾਰਕ ਦੇ, ਤੁਹਾਨੂੰ ਅੱਜ ਹਾਲਾਤ ਦਿਖਾਵਾਂਗੇ ਵੀ ਸਰਕਾਰ ਜਾਣ ਤੋਂ ਬਾਅਦ ਕੀ ਹਾਲਾਤ ਹੋ ਗਏ ਨੇ। ਅੱਜ ਜਿਹੜੀ ਦੇਖ ਰੇਖ ਆ, ਤੁਸੀਂ ਦੇਖ ਸਕਦੇ ਹੋ ਵੀ ਇਸ ਪਾਰਕ ਦੇ ਵਿੱਚ ਥਾਂ ਥਾਂ 'ਤੇ ਜਿਹੜਾ ਕਿ ਪਾਣੀ ਖੜ੍ਹਾ ਸੀਵਰੇਜ ਦਾ, ਅਤੇ ਗੰਦਗੀ ਦਾ ਜਿਹੜੇ ਕਿ ਮੱਛਰ ਜਿਹੜੇ ਨੇ ਇਸ ਪਾਣੀ 'ਤੇ ਥਾਂ ਥਾਂ 'ਤੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਵੀ ਲੋਕ ਇੱਥੇ ਸੈਰ ਕਰਨ ਵਾਸਤੇ ਆਉਂਦੇ ਨੇ ਅਤੇ ਆਪਣੀਆਂ ਬਿਮਾਰੀਆਂ ਦੂਰ ਕਰਨ ਵਾਸਤੇ। ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ, ਮੱਛਰ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ, ਇਹ ਮੱਛਰ ਜਿਹੜਾ ਬੈਠਾ ਹਰੀ ਹਰੀ ਘਾਹ ਕਾਈ ਜੰਮੀ ਆ, ਇਹ ਮੱਛਰ ਕਿਤੇ ਕਿਤੇ ਮਲੇਰੀਆ ਦਾ ਜਿਹੜਾ ਡੇਂਗੂ ਦਾ ਜਿਹੜਾ ਰੂਪ ਧਾਰਨ ਕਰ ਸਕਦਾ। ਇੱਥੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ, ਆਪ ਖੁਦ ਸੈਰ ਕਰਦੇ ਨੇ। ਆਨੰਦ ਪਾਰਕ ਬਹੁਤ ਵੱਡਾ ਪਾਰਕ ਆ, ਉਸ ਸਮੇਂ ਦੀ ਜਿਹੜੀ ਸਰਕਾਰਾਂ ਨੇ ਵੱਲੋਂ ਜਿਹੜਾ ਕਿ ਤਿਆਰ ਕੀਤਾ ਗਿਆ ਸੀ ਲੋਕਾਂ ਦੀ ਸਹੂਲਤ ਵਾਸਤੇ, ਈ ਬਲਾਕ ਜਿਹੜਾ ਕਿ ਵੈਲਫੇਅਰ ਸੋਸਾਇਟੀ ਤਿਆਰ ਕੀਤਾ ਗਿਆ। ਤੁਸੀਂ ਪਾਣੀ ਤੁਸੀਂ ਦੇਖ ਸਕਦੇ ਹੋ, ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉਬਾਲੇ ਮਾਰ ਰਿਹਾ ਵਾ, ਪਤਾ ਨਹੀਂ ਕਿੰਨੇ ਦਿਨ ਹੋ ਗਏ ਇਸ ਪਾਣੀ ਨੂੰ ਉਬਾਲੇ ਮਾਰਦੇ ਨੂੰ, ਪਰ ਅੱਜ ਤੱਕ ਕਿਸੇ ਨੇ ਇਸਦੀ ਸਾਰ ਨਹੀਂ ਲਈ। ਤੁਹਾਨੂੰ ਤਸਵੀਰਾਂ ਜ਼ਰੂਰ ਖਾਵਾਂਗੇ,
ਲੋਕਾਂ ਨੇ ਸਹੂਲਤ ਵਾਸਤੇ ਜਿਹੜਾ ਕਿ ਪਾਰਕ ਬਣਾਇਆ ਸੀ। ਇਸ ਤਮਾਮ ਬੰਦੇ ਦੀ ਗੱਲਬਾਤ ਵੀ ਕਰਾਂਗੇ, ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਪਵਨ ਸ਼ਰਮਾ, ਜਿਹੜੇ ਕਿ ਸਮਾਜ ਸੇਵੀ ਨੇ, ਅਕਸਰ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਉਹ ਗੱਲਬਾਤ ਵੀ ਕਰਦੇ ਨੇ। ਪਵਨ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ 'ਚ। ਧੰਨਵਾਦ ਗਰੇਵਾਲ ਸਾਹਿਬ। ਅਤੇ ਪਵਨ ਜੀ, ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦੀ ਸਹੂਲਤ ਵਾਸਤੇ ਆਨੰਦ ਪਾਰਕ ਬਣਾਇਆ ਗਿਆ ਸੀ, ਪਰ ਅੱਜ ਕਿਤੇ ਕਿਤੇ ਬਿਮਾਰੀ ਦਾ ਘਰ ਬਣ ਚੁੱਕਿਆ ਇਹ? ਦੇਖੋ, ਬੜਾ ਹੀ ਇੰਪੋਰਟੈਂਟ ਵਿਸ਼ਾ ਹੈ। ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਬੜਾ ਵੱਡਾ ਪ੍ਰੋਮੀਨੈਂਟ ਪਾਰਕ ਬਣਾਇਆ ਗਿਆ ਸੀ, ਜਿਹਦਾ ਨਾਂ ਆਨੰਦ ਅੰਮ੍ਰਿਤ ਪਾਰਕ ਹੈਗਾ। ਰਣਜੀਤ ਐਵਨਿਊ ਵਿਖੇ ਇਹ ਸਥਿਤ ਹੈਗਾ, ਔਰ ਉਹਦੇ ਮੌਜੂਦਾ ਹਾਲਾਤ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਗੰਦਗੀ ਦੀ ਭਰਮਾਰ ਆ, ਹਰ ਪਾਸੇ ਬਦਬੂ ਆ, ਆਵਾਰਾ ਜਾਨਵਰ ਕੁੱਤੇ ਇਹ ਸਾਰੇ ਵੱਡੀ ਤਾਦਾਦ ਦੇ ਵਿੱਚ ਇੱਥੇ ਪਾਰਕ ਦੇ ਵਿੱਚ ਘੁੰਮ ਰਿਹਾ। ਔਰ ਉਸ ਤੋਂ ਵੀ ਇੰਪੋਰਟੈਂਟ ਗੱਲ ਤਾਂ ਇਹ ਆ ਕਿ ਗੁਰੂ ਨਗਰੀ ਵਿੱਚ ਜਿੱਥੇ ਜਲ੍ਹਿਆਂਵਾਲਾ ਬਾਗ ਦੇ ਵਿੱਚ ਉਹ ਸ਼ਹੀਦਾਂ ਵਾਸਤੇ ਯਾਦਗਾਰੀ ਸਿਸਟਮ ਬਣਾਇਆ ਗਿਆ ਸੀ, ਉੱਥੇ ਇਸ ਪਾਰਕ ਦੇ ਵਿੱਚ ਵੀ ਇੱਕ ਸੈਨੇਟਰੀ ਸਮੇਂ ਦੇ ਵਿੱਚ 16ਵੀਂ ਸ਼ਤਾਬਦੀ ਦੇ ਵਿੱਚ ਇੱਥੇ ਵੀ ਯਾਦਗਾਰ ਇੱਕ ਬਣਾਈ ਗਈ ਸੀ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ, ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕਰਨ ਵਾਸਤੇ ਇਹ ਸਾਰੇ ਐਫਰਟਸ ਕੀਤੇ ਗਏ ਸੀ। ਪਰ ਤੁਸੀਂ ਔਨ ਗਰਾਊਂਡ, ਤੁਸੀਂ ਜੇ ਅਸੀਂ ਉੱਧਰ ਨੂੰ ਜਾਈਏ ਤਾਂ ਅਸੀਂ ਤਸਵੀਰਾਂ ਦੇਖ ਸਕਦੇ ਹਾਂ ਕਿ ਇਹ 4,490 ਸਕੁਆਇਰ ਮੀਟਰ ਦੇ ਉੱਪਰ 3.5 ਕਰੋੜ ਰੁਪਇਆ ਖਰਚ ਕੇ ਇੱਕ ਐਸੀ ਜਲ੍ਹਿਆਂਵਾਲਾ ਬਾਗ, ਜਿਹੜੇ ਸ਼ਹੀਦ ਹੋਏ ਸੀ ਮਾਰਟੀਅਰ ਸੀ, ਉਹਨਾਂ ਦੀ ਯਾਦਗਾਰੀ ਇੱਥੇ ਬਣਾਈ ਗਈ ਸੀ, 3.5 ਕਰੋੜ ਰੁਪਏ ਦੇ ਉੱਪਰ ਖਰਚ ਹੋਇਆ। ਪਰ ਤੁਸੀਂ ਔਨ ਗਰਾਊਂਡ ਦੇ ਹਾਲਾਤ ਦੇਖ ਲਓ ਕਿ ਜਿਹੜਾ ਇਹਦਾ ਸਰਾਊਂਡਿੰਗਸ 'ਤੇ ਟਰੈਕ ਵੀ ਬਣਿਆ ਉਹ ਵੀ ਗੰਦੇ ਪਾਣੀ ਦੇ ਨਾਲ ਭਰਿਆ ਹੋਇਆ, ਪੂਰੀ ਗੰਦਗੀ ਦੇ ਨਾਲ ਭਰਿਆ ਹੋਇਆ। ਕਿੰਨੀ ਮਾੜੀ ਪਰਫੋਰਮੈਂਸ ਸਾਨੂੰ ਸਰਕਾਰਾਂ ਦੀ ਦਿਸ ਰਹੀ ਆ। ਇੰਪਰੂਵਮੈਂਟ ਅਸੀਂ ਦੇਖ ਰਹੇ ਵੀ ਥਾਂ ਥਾਂ 'ਤੇ ਵੇਖੋ, ਜਿਹੜੀਆਂ ਤਾਰਾਂ ਵਾ ਨੰਗੀਆਂ ਵਾ, ਕਿਤੇ ਕਿਤੇ ਇੱਥੇ ਜਦੋਂ ਲੋਕ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਯਾਦਗਾਰੀ ਹਾਲਾਤ ਦਿਖਾਉਣਗੇ ਵੀ ਜਲ੍ਹਿਆਂਵਾਲਾ ਬਾਗ ਜਿਹੜਾ ਕਤਲੇਆਮ ਜਿਹੜਾ ਸੀ, ਜਿਹੜਾ ਸਾਕਾ ਸੀ ਤੁਸੀਂ ਦੇਖ ਸਕਦੇ ਹੋ ਜਦੋਂ ਦਿਖਾਉਣਗੇ। ਪਰ ਅਸੀਂ ਦੇਖਿਆ ਵੀ ਕੋਈ ਲਾਈਟ ਦਾ ਸਿਸਟਮ ਨਹੀਂ ਆ, ਤਾਰਾਂ ਜਿਹੜੀਆਂ ਸਾਰੀਆਂ ਨੰਗੀਆਂ ਨੇ, ਕਿਤੇ ਕਰੰਟ ਜਿਹੜਾ ਲੱਗ ਸਕਦਾ ਵਾ, ਅਤੇ ਜਿਹੜੇ ਘਾਹ ਲੱਗਣ ਦੀ ਵਾਰੀ ਅਸੀਂ ਦੇਖਿਆ ਵੀ ਸਾਰਾ ਜਿਹੜਾ ਘਾਹ ਵਾ ਸੁੱਕਿਆ ਪਿਆ ਵਾ, ਅਤੇ ਥਾਂ ਥਾਂ ਤੋਂ ਜਿਹੜੀਆਂ ਟੁੱਟੀਆਂ ਪਈਆਂ ਵਾ। ਇਹ ਕੀ ਲੱਗਦਾ ਨਹੀਂ ਕਿ ਦੇਖਭਾਲ ਨਹੀਂ ਕੋਈ ਹੋ ਰਹੀ, ਜਿਹੜੀ ਸਾਡੇ ਸ਼ਹੀਦਾਂ ਜਿਹੜੀ ਇੱਥੇ ਯਾਦਗਾਰ ਬਣਾਈ ਆ, ਕਿਤੇ ਅਪਮਾਨ ਵੀ ਹੋ ਰਿਹਾ ਉਹਨਾਂ ਦਾ? ਦੇਖੋ, ਸਾਨੂੰ ਇੱਥੋਂ ਆ ਕੇ ਇਹੀ ਲੱਗ ਰਿਹਾ ਕਿ ਸਾਡੀ ਕੌਮ ਜਿਹੜੀ ਸੂਰਵੀਰਾਂ ਦੀ, ਸ਼ਹੀਦਾਂ ਦੀ, ਕੌਮ ਦੇ ਯੋਧਿਆਂ ਦੀ ਗੱਲਾਂ ਕਰਦੀ ਆ, ਉਹ ਲੱਗਦਾ ਅੱਜ ਦੇ ਸਮੇਂ ਦੇ ਸਿਰ ਵਿੱਚ ਸਿਰਫ ਕਾਗਜ਼ੀ ਗੱਲਾਂ ਹੀ ਰਹਿ ਗਈਆਂ, ਹਵਾਈ ਗੱਲਾਂ ਹੀ ਰਹਿ ਗਈਆਂ, ਅਮਲ ਦਰਾਮਦ ਦਾ ਔਨ ਗਰਾਊਂਡ ਕਿਤੇ ਵੀ ਨਹੀਂ ਹੁੰਦਾ। ਐਡੀ ਵੱਡੀ ਯਾਦਗਾਰ ਬਣਾਈ, ਉਹਦੇ ਮੌਜੂਦਾ ਹਾਲਾਤ ਤੁਸੀਂ ਦੇਖ ਲਓ ਕਿ ਇਹਦੀਆਂ ਗ੍ਰਿਲਸ ਤੱਕ ਟੁੱਟ ਗਈਆਂ ਆ, ਕਿਤੇ ਇਹਨਾਂ ਦਾ ਗ੍ਰੇਨਾਈਟ ਟੁੱਟਾ ਪਿਆ, ਜੇ ਕੋਈ ਤਾਰਾਂ ਨੇ ਇੱਥੇ ਨੰਗੀਆਂ ਨੇ, ਪੱਥਰ ਕਈ ਜਗ੍ਹਾ ਤੋਂ ਟੁੱਟ ਗਿਆ, ਕੋਈ ਸਾਫ਼ ਸਫਾਈ ਦਾ ਪ੍ਰਬੰਧ ਨਹੀਂ। ਔਰ ਜਿਹੜੀ ਯਾਦਗਾਰੀ ਬਣਾਈ ਹੈ, ਮੈਮੋਰੀਅਲ ਬਣਾਇਆ, ਉੱਥੇ ਵੀ ਜੇ ਅਸੀਂ ਨਜ਼ਦੀਕ ਉਹਦੇ ਜਾ ਰਹੇ ਹਾਂ, ਤੁਸੀਂ ਦੇਖੋ ਕਿ ਉਹਦੇ ਵਿੱਚ ਜਿਹੜੀਆਂ ਲਾਈਟਸ ਤੱਕ ਲੱਗੀਆਂ ਸੀ ਉਹ ਵੀ ਚੋਰੀ ਹੋ ਗਈਆਂ, ਔਰ ਉਹਦਾ ਪੱਥਰ ਵੀ ਕਈ ਜਗ੍ਹਾ ਟਾਈਲਸ ਟੁੱਟ ਗਈਆਂ, ਕਈ ਜਗ੍ਹਾ ਪੱਥਰ ਟੁੱਟ ਗਿਆ, ਔਰ ਵੱਡੀ ਗੰਦਗੀ ਦੀ ਭਰਮਾਰ ਇਸ ਮੈਮੋਰੀਅਲ ਦੇ ਆਲੇ ਦੁਆਲੇ ਹੈਗੀ ਆ। ਇਸ ਆਨੰਦ ਅੰਮ੍ਰਿਤ ਪਾਰਕ ਉਹ ਪਾਰਕ ਸੀ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੂਰੇ ਸ਼ਹਿਰ ਤੋਂ ਲੋਕ ਆ ਕੇ ਸੈਰ ਕਰਦੇ ਸੀ, ਸਿਹਤ ਨੂੰ ਆਪਣੇ ਤੰਦਰੁਸਤ ਰੱਖਦੇ ਸੀ। ਔਰ ਇਸ ਯਾਦਗਾਰ ਦੇ ਆਲੇ ਦੁਆਲੇ ਜਿੱਥੇ ਸਾਡਾ ਕੈਮਰਾ ਅਜੇ ਤਾਂ ਨਹੀਂ ਪਹੁੰਚ ਸਕਦਾ, ਪਰ ਦੇਖੋ ਕੂੜੇ ਦੇ ਡੰਪ ਬਣਾ ਦਿੱਤੇ ਗਏ ਆ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ, ਇੰਪਰੂਵਮੈਂਟ ਟਰੱਸਟ ਵੱਲੋਂ, ਕਿ ਜਿੱਥੇ ਸੈਰ ਕਰਦੇ ਸੀ ਲੋਕ ਉੱਥੇ ਕੂੜੇ ਨੂੰ ਅੱਗ ਲਾ ਕੇ ਟੌਕਸਿਕ ਫਿਊਮਸ ਲੋਕ ਆਪਣੇ ਅੰਦਰ ਇਨਹੇਲ ਕਰਦੇ ਆ, ਜਿਹਦੇ ਨਾਲ ਵੱਡੇ ਭਿਆਨਕ ਰੋਗ ਲੰਗਸ ਦੇ ਹੋਣ, ਕਾਰਸੀਨੋਜੈਨਿਕ ਧੂੰਆਂ, ਕੈਂਸਰ ਦੇ ਰੋਗ ਹੋਣ, ਉਹ ਸਾਰੇ ਰੋਗਾਂ ਦਾ ਕਾਰਨ ਇੱਥੋਂ ਦੀ ਗੰਦਗੀ, ਇੰਪਰੂਵਮੈਂਟ ਟਰੱਸਟ ਔਰ ਮਿਊਨਿਸਪਲ ਕਾਰਪੋਰੇਸ਼ਨ ਦੀ ਨਾਕਿਸ ਕਾਰਕਰਦਗੀ, ਭੈੜੀ ਪਰਫੋਰਮੈਂਸ ਸਾਨੂੰ ਦੱਸ ਰਹੀ ਆ, ਜਿਹਦੇ ਨਾਲ ਸਾਰੇ ਪਾਰਕ ਦਾ ਮਾਹੌਲ ਉਥਲ ਪੁਥਲ ਹੋ ਗਿਆ। ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਕਿ ਉੱਥੇ ਵੀ ਲਿਖਿਆ ਪੰਜਾਬੀ ਦੇ ਵਿੱਚ ਆਰਕੀਟੈਕਚਰਲ ਸੰਕਲਪ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ। ਤੁਸੀਂ ਇਹ ਯਾਦਗਾਰ ਦੇ ਹਾਲਾਤ ਤੁਸੀਂ ਦੇਖ ਲਓ ਕਿ ਜਿਹੜਾ ਮੈਸਕੇਅਰ ਹੋਇਆ ਸੀ, ਇੰਨੇ ਲੋਕਾਂ ਦੀ ਜਾਨਾਂ ਗਈਆਂ ਸੀ, ਪੰਜਾਬ ਦਾ ਇਤਿਹਾਸ ਬਣ ਕੇ ਰਹਿ ਗਿਆ। ਕਈ ਅੱਖਾਂ ਨਮ ਹੁੰਦੀਆਂ ਆ ਜਦੋਂ
ਉਹ ਮਹਿਸੂਸ ਕਰਦੇ ਆ ਬਾਹਰੋਂ। ਅਸੀਂ ਦੇਖਿਆ ਜਿੱਥੇ ਕਿ ਜਲਿਆਂਵਾਲੇ ਬਾਗ ਦਾ ਜਿਹੜਾ ਕਿ ਸਤਾਪ ਦੀ ਜਿਹੜੀ ਯਾਦਗਾਰ ਲਿਖੀ ਗਈ ਆ ਉਸ ਟਾਈਮ ਜਿਹੜੇ ਸ਼ਹੀਦ ਹੋਏ ਸੀ, ਅਸੀਂ ਦੇਖਿਆ ਵੀ ਨਾਲ ਹੀ ਜਿਹੜਾ ਕਿ ਗੰਦਾ ਕਿ ਮੈਂ ਕਹਿ ਸਕਦਾ ਵੀ ਨਾਲਾ ਹੀ ਜਿਹੜਾ ਰੂਪ ਧਾਰਨ ਕਰ ਗਿਆ, ਸੀਵਰੇਜ ਜਿਹੜਾ ਸਾਰਾ ਪਾਣੀ ਜਿਹੜਾ ਬਾਹਰ ਫਲੋ ਹੋ ਰਿਹਾ ਵਾ, ਅਤੇ ਕੀ ਲੱਗਦਾ ਨਹੀਂ ਕਿਤੇ ਚੀਜ਼ਾਂ ਜਿਹੜੀਆਂ ਸਾਨੂੰ ਦੁਖੀ ਕਰਦੀਆਂ ਨੇ, ਕਿਉਂਕਿ ਉਸ ਟਾਈਮ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਉਹਨਾਂ ਵੱਲੋਂ ਜਿਹੜਾ ਕਿ ਇਹ ਜਿਹੜਾ ਯਾਦਗਾਰੀ ਸ਼ਹੀਦਾਂ ਜਿਹੜਾ ਜਲਿਆਂਵਾਲਾ ਬਾਗ ਦੀ ਯਾਦਗਾਰੀ ਬਣਾਇਆ ਗਿਆ ਸੀ। ਇੱਥੇ ਜਿਹੜੀ ਸ਼ਹੀਦ ਜਿਹੜੇ ਹੋਏ ਸੀ ਉਸ ਸਮੇਂ ਸਾਰੇ ਜਿਹੜੀ ਸੂਚੀ ਤਿਆਰ ਕੀਤੀ ਗਈ ਸੀ, ਪਰ ਲੱਗਦਾ ਵੀ ਜਿਹੜੀਆਂ ਕਾਰਪੋਰੇਸ਼ਨ ਦੀ ਗੱਲ ਕਰੀਏ, ਕਹਿੰਦੇ ਵੀ ਸਮਾਰਟ ਸਿਟੀ ਬਣਾਉਣ ਦੀ ਗੱਲ ਕਰਦੇ ਅੰਮ੍ਰਿਤਸਰ ਸਾਹਿਬ ਨੂੰ, ਪਰ ਕੀ ਲੱਗਦਾ ਅਜੇ ਤੱਕ ਕਿਸੇ ਨੇ ਇਸ ਬਾਰੇ ਧਿਆਨ ਨਹੀਂ ਕੀਤਾ, ਕੀ ਕਹਿਣਾ ਚਾਹੋਗੇ? ਦੇਖੋ ਪੂਰੇ ਪੰਜਾਬ ਨੂੰ ਅੰਗਰੇਜ਼ੀ ਜੇ ਮੈਂ ਸ਼ਬਦ ਕਹਾਂ ਬਲੰਡਰ ਪਲੰਡਰ ਔਰ ਸਰੰਡਰ, ਕਿ ਇਹਦੇ ਵਿੱਚ ਬਹੁਤ ਵੱਡੇ ਬਲੰਡਰਸ ਕੀਤੇ ਗਏ, ਪਲੰਡਰ ਕਰਕੇ ਇਹਨੂੰ ਲੁੱਟਿਆ ਗਿਆ ਆ, ਬੇਨਿਯਮੀਆਂ ਕੀਤੀਆਂ ਗਈਆਂ, ਔਰ ਸਰੰਡਰ ਤੋਂ ਭਾਵ ਆ ਕਿ ਜਿਹੜੇ ਇਹਦੀਆਂ ਡਿਵੈਲਪਮੈਂਟਲ ਏਜੰਸੀਜ਼ ਆ ਉਹਨਾਂ ਨੇ ਤਾਂ ਸਰੰਡਰ ਹੀ ਕਰ ਦਿੱਤਾ, ਉਹਨਾਂ ਨੇ ਤਾਂ ਢੇਰੀ ਢਾ ਦਿੱਤੀ, ਹੱਥ ਹੀ ਖੜ੍ਹੇ ਕਰ ਦਿੱਤੇ। ਤੁਸੀਂ ਆਪ ਦੇਖੋ 400 ਅਤੇ ਅਰਾਊਂਡ 492 ਦੇ ਕਰੀਬ ਸ਼ਹੀਦਾਂ ਦੀ ਸੂਚੀ ਇਸ ਦੀਵਾਰਾਂ ਦੇ ਉੱਤੇ ਉਕਾਰੀ ਗਈ ਆ। ਉਹਨਾਂ ਸ਼ਹੀਦਾਂ ਦੇ ਨਾਮ ਦੇ ਅੱਗੇ ਵੱਡੀ ਗੰਦਗੀ ਹੋਵੇ, ਉਹਨਾਂ ਸ਼ਹੀਦਾਂ ਦੇ ਨਾਮ ਦੇ ਅੱਗੇ ਝਾੜੀਆਂ ਬੂਟੀਆਂ ਹੋਣ, ਪੂਰੀ ਗੰਦਗੀ ਹੋਵੇ, ਤੁਸੀਂ ਆਪ ਦੇਖ ਸਕਦੇ ਹੋ ਕਿ ਕੀ ਅਸੀਂ ਰਿਸਪੈਕਟ ਇਹਨਾਂ ਸ਼ਹੀਦਾਂ ਨੂੰ ਦੇ ਰਹੇ ਹਾਂ। ਜਿਹੜਾ ਲਾਈਟਿੰਗ ਦਾ ਪ੍ਰਬੰਧ ਸੀ ਉਹ ਵੀ ਇੱਥੇ ਤੋੜ ਭੰਨ ਦਿੱਤਾ ਗਿਆ, ਚੋਰੀ ਹੋ ਗਿਆ, ਥੱਲੇ ਕੋਈ ਵੀ ਇੱਕ ਬੂਟਾ ਸਾਨੂੰ ਨਜ਼ਰ ਨਹੀਂ ਆ ਰਿਹਾ, ਸਿਰਫ ਬੰਜਰ ਮਿੱਟੀ ਦਿਖਾਈ ਦੇ ਰਹੀ ਆ, ਕੋਈ ਇਹਨੂੰ ਪਾਣੀ ਦੇ ਕੇ ਰਾਜ਼ੀ ਨਹੀਂ। ਈਵਨ ਇੱਥੋਂ ਜਿਹੜੇ ਡਿਵੈਲਪਮੈਂਟਲ ਏਜੰਸੀਜ਼ ਅੰਮ੍ਰਿਤਸਰ ਦੀਆਂ, ਜਿਹੜਾ ਲੇਜ਼ਰ ਸ਼ੋਅ ਚੱਲਦਾ ਸੀ, ਫੁਹਾਰੇ ਚੱਲਦੇ ਸੀ, ਉਹ ਸਾਰੇ ਖਤਮ ਹੋ ਗਏ। ਤੁਸੀਂ ਇਸ ਗੱਲ ਤੋਂ ਆਪ ਅੰਦੇਸ਼ਾ ਲਗਾ ਲਓ ਕਿ ਸਾਡੇ ਪੰਜਾਬੀਆਂ ਨੂੰ, ਸਾਡੇ ਪੰਜਾਬੀ ਦੇ ਇਤਿਹਾਸ ਨੂੰ ਖਤਮ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਕੋਝੀਆਂ ਚਾਲਾਂ ਸਰਕਾਰਾਂ ਵੱਲੋਂ ਚੱਲੀਆਂ ਜਾ ਰਹੀਆਂ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਕਾਰਪੋਰੇਸ਼ਨ ਦੇ ਚੁਣਾਵ ਨਹੀਂ ਕਰਾ ਸਕੀ, ਉਹਨਾਂ ਨੇ ਆਪਣੇ ਅੱਛੇ MLAs ਨੂੰ ਸਾਈਡਲਾਈਨ ਕਰ ਦਿੱਤਾ, ਔਰ ਇਹ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਵੀ ਸਾਰੀ ਇੰਤਜ਼ਾਮੀਆਂ ਨੂੰ ਇੱਦਾਂ ਬਦਅੰਤੀ ਉਹਨਾਂ ਦੇ ਵਿੱਚ ਲੈ ਆਉਂਦੀ ਜਾਵੇ ਕਿ ਸਾਨੂੰ ਵੇਖ ਕੇ ਨਦਾਮਤ ਹੋਵੇ, ਸ਼ਰਮਿੰਦਗੀ ਹੋਵੇ, ਬਹੁਤ ਮਾੜਾ ਮਹਿਸੂਸ ਹੋਵੇ ਕਿ ਜਦੋਂ ਬਾਹਰੋਂ ਟੂਰਿਸਟ ਵੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਵੇ, ਇਸ ਪਾਰਕ ਦੀ ਸੈਰ ਕਰਨ ਆਵੇ, ਆਪਣੇ ਬੱਚਿਆਂ ਨੂੰ ਲੈ ਕੇ ਆਵੇ, ਲੋਕ ਪਿਕਨਿਕ ਮਨਾਉਣ ਆਉਂਦੇ ਸੀ, ਪਰ ਤੁਸੀਂ ਔਨ ਗਰਾਊਂਡ ਦੇਖ ਲਓ ਕਿ ਸਾਰੇ ਹਾਲਾਤ ਬਹੁਤ ਮਾੜੇ ਸਾਨੂੰ ਦਿਸ ਰਹੇ ਆ। ਹਰ ਜਗ੍ਹਾ ਟੁੱਟ ਭੱਜ ਆ, ਹਰ ਜਗ੍ਹਾ ਤਾਰਾਂ ਵਿਖਰੀਆਂ ਪਈਆਂ, ਕਿਸੇ ਦਾ ਬੱਚਾ ਕੋਈ ਮੀਂਹ ਨੇਰੀ ਆਵੇ ਅਤੇ ਇੱਥੇ ਆ ਕੇ ਖਲੋ ਜੇ, ਜੇ ਇਹਨੂੰ ਹੱਥ ਲਾ ਦੇ ਤਾਂ ਉਹਨੂੰ ਕਰੰਟ ਪੈ ਜੇ ਅਤੇ ਉਹਦਾ ਕੀਮਤੀ ਜਾਨ ਵੀ ਇੱਥੇ ਜਾ ਸਕਦੀ ਆ। ਸੋ ਇੱਥੋਂ ਸਿੱਧਾ ਸਮਝ ਆਉਂਦਾ ਕਿ ਜੇ ਅਸੀਂ ਆਪਣੇ ਸ਼ਹੀਦਾਂ ਦੀਆਂ ਯਾਦਾਂ ਨੂੰ, ਕੌਮ ਦੀਆਂ ਜਿਹੜੇ ਕੌਮ ਦੇ ਹੀਰੇ ਆ ਉਹਨਾਂ ਦੇ ਨਾਂ ਉਕਾਰ ਕੇ ਅਸੀਂ ਉੱਦਾਂ ਹੀ ਉਹਨਾਂ ਨੂੰ ਛੱਡ ਦੇਵਾਂਗੇ, ਅਬੈਂਡਨ ਕਰ ਦੇਵਾਂਗੇ, ਬੇਸਹਾਰਾ ਹੀ ਛੱਡ ਦੇਵਾਂਗੇ, ਸੰਭਾਲ ਨਹੀਂ ਕਰਾਂਗੇ, ਤਾਂ ਸਾਡੀ ਆਪਣੀ ਸੋਚ ਕੀ ਦੱਸਦੀ ਆ? ਇਸ ਪਾਰਕ ਦੀ ਵੀ ਕੋਈ ਨਾ ਕੋਈ ਐਸੋਸੀਏਸ਼ਨ ਹੋਊਗੀ, ਪਰ ਇਹ ਵੀ ਬੜਾ ਦੁਖਾਂਤ ਆ। ਮੈਂ ਅਰਥ ਕਰਾਂ ਕਿ ਜਿੰਨੇ ਪੌਸ਼ ਏਰੀਆਜ਼ ਆ ਇਹਦੇ ਵਿੱਚ ਲੋਕ ਜਿਹੜੇ ਨਾ ਲੀਡਰਾਂ ਦੇ ਉੱਪਰ, ਦੂਜਿਆਂ ਦੇ ਉੱਪਰ ਜ਼ਿਆਦਾ ਸੁੱਟਣਾ ਪਸੰਦ ਕਰਦੇ ਆ, ਜਿਹੜਾ ਆਪ ਸਫੇਦ ਪੋਸ਼ੀ ਰੱਖਦੇ ਆ, ਆਪਣੇ ਆਪ ਨੂੰ ਬੜਾ ਅਲੀਟ ਸਮਝਦੇ ਆ, ਪਰ ਔਨ ਗਰਾਊਂਡ ਆਪ ਖੁਦ ਕੰਮ ਕਰਕੇ ਕੋਈ ਵੀ ਰਾਜ਼ੀ ਨਹੀਂ ਹੈਗਾ ਇਹਦੇ ਨਾਲੋਂ। ਅਤੇ ਆਪਾਂ ਮੈਂ ਅਸੀਂ ਦੇਖਿਆ ਵੀ ਜਿਹੜੇ ਦਰਖਤ ਤੁਸੀਂ ਦੇਖਦੇ ਬੂਟੇ ਵੀ ਜਿਹੜੇ ਨੇ ਬਿਲਕੁਲ ਸੁੱਕ ਗਏ ਨੇ, ਤੁਸੀਂ ਦੇਖਦੇ ਹੋ ਕਿ ਆ ਮੈਂ ਜਰੂਰ ਹੱਥਾਂ ਕਹੂੰਗਾ ਦੇਖੋ ਕੀ ਹਾਲਾਤ ਹੋ ਗਏ ਨੇ। ਮੈਨੂੰ ਲੱਗਦਾ ਵੀ ਪਾਣੀ ਵੀ ਇਹਨਾਂ ਨੂੰ ਲੱਗਦਾ ਕਈ ਦਿਨ ਹੋ ਗਏ, ਇਹਨਾਂ ਨੂੰ ਪਾਣੀ ਨਹੀਂ ਪਿਆ, ਜਿਸ ਤਰ੍ਹਾਂ ਦੀ ਗਰਮੀ ਇੰਨੀ ਪੈ ਰਹੀ ਜਿੱਥੇ ਇਨਸਾਨਾਂ ਨੂੰ ਪਾਣੀ ਦੀ ਲੋੜ ਹੈ, ਇਹਨਾਂ ਨੂੰ ਵੀ ਪਾਣੀ ਦੀ ਲੋੜ ਹੈਗੀ ਆ। ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ, ਕਿਉਂ ਨਹੀਂ ਇੱਥੇ ਕੋਈ ਬੰਦਾ ਰੱਖਿਆ ਗਿਆ, ਕਿਉਂ ਨਹੀਂ ਇੱਥੇ ਕੋਈ? ਅਸੀਂ ਤਾਂ ਖਾਸ ਕਰਕੇ ਮੈਂ ਤੁਹਾਨੂੰ ਯਾਦਗਾਰ ਦੀ ਗੱਲ ਕਰੀਏ, ਮੈਂ ਦਿਖਾਊਂਗਾ ਤੁਹਾਨੂੰ ਉੱਥੇ ਵੀ ਜਿਹੜੇ ਕਿ ਪਿੱਪਲ ਜਿਹੜੇ ਨੇ ਉਹ ਥਾਂ ਥਾਂ 'ਤੇ ਉੱਗੇ ਹੋਏ ਨੇ, ਕਿਉਂ ਨਹੀਂ ਇੱਥੇ ਸਾਫ਼ ਸਫਾਈ ਦਾ ਕੋਈ ਮਾਲੀ ਜਾਂ ਕਿਉਂ ਨਹੀਂ ਇੱਥੇ? ਅਤੇ ਜੇ ਗੱਲ ਕਰੀਏ ਪੱਥਰਾਂ ਦੀ ਗੱਲ ਕਰੀਏ, ਤੁਸੀਂ ਦੇਖ ਸਕਦੇ ਹੋ ਜਿਹੜੇ ਸਲਫਾਂ ਜਿਹੜੀਆਂ ਲਗਾਈ ਗਈਆਂ ਨੇ, ਪੱਥਰ ਲਗਾਏ ਗਏ ਨੇ, ਇਹ ਸਾਰੀਆਂ ਉਖੜ ਕੇ ਟੁੱਟ ਗਈਆਂ ਨੇ, ਪਰ ਕਿਸ ਤਰ੍ਹਾਂ ਜਦੋਂ ਬਾਹਰੋਂ ਲੋਕ ਟੂਰਿਸਟ ਇੱਥੇ ਆ ਕੇ ਯਾਦਗਾਰਾਂ ਨੂੰ ਵੇਖਦੇ ਨੇ, ਕੀ ਲੱਗਦਾ ਨਹੀਂ ਸਾਡੇ ਵਾਸਤੇ ਸ਼ਰਮ ਦੀ ਗੱਲ ਆ ਵੀ ਕਿੱਥੇ ਗਈ ਸਰਕਾਰਾਂ ਦੇ ਕੀ ਹਾਲਾਤ ਨੇ, ਕਾਰਪੋਰੇਸ਼ਨ ਦੇ ਕੀ ਹਾਲਾਤ ਨੇ, ਕਿਉਂ ਨਹੀਂ ਇਹਨਾਂ ਵੱਲ ਜਿਹੜਾ ਧਿਆਨ ਦਿੱਤਾ ਜਾ ਰਿਹਾ?
ਤੁਸੀਂ ਗਰੇਵਾਲ ਜੀ ਬੜੀ ਅੱਛੀ ਗੱਲ ਕੀਤੀ ਹੈ, ਆਪ ਹੀ ਤੁਸੀਂ ਦੇਖ ਲਓ ਕਿ ਯਾਦਗਾਰੀ ਦੇ ਉੱਪਰ ਕਿੰਨੇ ਪਿੱਪਲ ਉੱਗੇ ਆ, ਕਿੰਨੇ ਬੂਟੇ ਉੱਗੇ ਆ ਜਿਹੜੇ ਅਸੀਂ ਉਹਨਾਂ ਨੂੰ ਵੀ ਜੇ ਕਟਾਈ ਨਹੀਂ ਕਰ ਰਹੇ, ਸਫਾਈ ਨਹੀਂ ਕਰ ਰਹੇ, ਅਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਵੀ ਕਿੰਨੀ ਮਾੜੀ ਗੱਲ ਆ, ਕਿੰਨੇ ਉਹ ਦੇਖੋ ਬੂਟੇ ਉੱਗੇ। ਅਸੀਂ ਆਪਣੇ ਕੌਮ ਦੇ ਯੋਧਿਆਂ ਨੂੰ ਇਹ ਸੁਨੇਹਾ ਦੇ ਰਹੇ ਹਾਂ, ਇਹ ਮੈਸੇਜ ਆਉਣ ਵਾਲੀ ਪੀੜ੍ਹੀ ਨੂੰ ਦੇ ਰਹੇ ਹਾਂ ਕਿ ਅਸੀਂ ਆਪਣੇ ਕੌਮ ਨੂੰ, ਆਪਣੇ ਯੋਧਿਆਂ ਨੂੰ, ਆਪਣੇ ਸ਼ਹੀਦਾਂ ਦੀ ਕੀ ਸਤਿਕਾਰ ਕਰਦੇ ਹਾਂ, ਕੀ ਸੇਵਾ ਕਰਦੇ ਹਾਂ, ਕੀ ਸੇਵਾ ਸੰਭਾਲ ਕਰਦੇ ਹਾਂ, ਇੱਥੋਂ ਬੜਾ ਕਲੀਅਰ ਹੁੰਦਾ। ਔਰ ਕੈਪਟਨ ਅਮਰਿੰਦਰ ਸਿੰਘ ਜਦੋਂ ਉਹਨਾਂ ਨੇ ਇੱਥੇ ਯਾਦਗਾਰੀ ਬਣਾਈ, ਉਹਨਾਂ ਦਾ ਕਈ ਗੱਲਾਂ 'ਚ ਵਿਰੋਧ ਵੀ ਹੁੰਦਾ ਸੀ ਕਿ 5 ਕਿਲੋਮੀਟਰ ਦੂਰ ਤਾਂ ਜਲਿਆਂਵਾਲਾ ਬਾਗ ਜਿੱਥੇ ਸਾਰਾ ਵਾਕਿਆ ਹੋਇਆ ਸੀ ਉੱਥੇ ਯਾਦਗਾਰ ਬਣਾਈ ਹੈ, ਸੈਪਰੇਟ ਬਣਾਉਣ ਦੀ ਕੀ ਲੋੜ ਸੀ। ਪਰ ਸਾਡੇ ਨਾਲਾਇਕ, ਨਾ ਅਹਿਲ, ਇਨਕੰਪੀਟੈਂਟ ਲੀਡਰਸ ਨੂੰ ਆਪਣੀ ਚੌਧਰ ਵਾਸਤੇ, ਪੈਸੇ ਕਮਾਉਣ ਵਾਸਤੇ, ਠੱਗੀਆਂ ਮਾਰਨ ਵਾਸਤੇ, ਕਮਿਸ਼ਨਸ ਲੈਣ ਵਾਸਤੇ ਬਹੁਤ ਸਾਰੇ ਉਪਰਾਲੇ ਉਹ ਇੱਦਾਂ ਦੇ ਕਰ ਦਿੰਦੇ ਆ ਕਿ ਚਲੋ ਇੱਥੇ ਪ੍ਰੋਜੈਕਟ ਲਿਆਵਾਂਗੇ, ਕਰੋੜਾਂ ਰੁਪਏ ਲਾਵਾਂਗੇ, ਉਹਦੇ ਵਿੱਚੋਂ ਬਹੁਤ ਸਾਰੀ ਕਮਿਸ਼ਨ ਸਾਨੂੰ ਮਿਲ ਗਈਆਂ, ਬਾਅਦ ਦੇ ਵਿੱਚ ਭਾਵੇਂ ਕੋਈ ਢੱਠੇ ਖੂਹ ਦੇ ਵਿੱਚ ਜਾਵੇ, ਕੋਈ ਇਹਦੀ ਸੇਵਾ ਸੰਭਾਲ ਨਾ ਕਰੇ, ਬੇਹੁਰਮਤੀ ਕਰੇ, ਬੇਅਦਬੀ ਕਰੇ, ਕੁਝ ਵੀ ਹੋ ਜਾਏ, ਉਹਨਾਂ ਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਕਦੀ ਕੈਪਟਨ ਅਮਰਿੰਦਰ ਸਿੰਘ ਨੇ ਜੇ ਦਾ ਉਦਘਾਟਨ ਕੀਤਾ ਸੀ, ਅੱਜ ਤੱਕ ਇੱਥੇ ਆ ਕੇ ਪੁੱਛਿਆ ਨਹੀਂ ਹੋਣਾ, ਦੇਖਿਆ ਨਹੀਂ ਹੋਣਾ, ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਉਹਦਾ ਮੁੱਖ ਮੰਤਰੀ ਇਸ ਸ਼ਹਾਦਤ ਦੀ ਇਸ ਜਗ੍ਹਾ ਦੇ ਉੱਤੇ ਕਦੀ ਨਹੀਂ ਆਇਆ ਹੋਣਾ, ਉਹਨਾਂ ਦਾ ਮੰਤਰੀ ਕੋਈ ਇਸ ਜਗ੍ਹਾ ਦੇ ਉੱਤੇ ਕਦੀ ਨਹੀਂ ਆਇਆ ਹੋਣਾ। ਹੁਣ ਵੀ ਪਾਰਲੀਮੈਂਟ ਦੀਆਂ ਚੋਣਾਂ ਆਮ ਆਦਮੀ ਪਾਰਟੀ ਕਿਉਂ ਹਾਰੀ? ਇਸੇ ਕਰਕੇ ਹਾਰੀ ਕਿ ਉਹ ਗੱਲਾਂ 'ਤੇ ਜ਼ਿਆਦੀਆਂ ਕਰਦੇ ਆ। ਜਿੰਨੇ ਵੀ ਗੁਰੂ ਨਗਰੀ ਦੇ ਵਿੱਚ ਪਾਰਕਸ ਹੈਗੇ ਆ, ਇੰਪਰੂਵਮੈਂਟ ਟਰੱਸਟ ਦੇ ਇਦਾਰੇ ਹੋਣ, ਹਾਰਟੀਕਲਚਰ ਉਹਨਾਂ ਦਾ ਡਿਪਾਰਟਮੈਂਟ ਆ, ਝਾੜੀਆਂ ਬੂਟੀਆਂ ਤੱਕ ਉਹ ਕੱਟ ਨਹੀਂ ਸਕਦੇ, ਕਾਰਪੋਰੇਸ਼ਨ ਸੀਵੇਜ ਕਲੈਪਸ ਕਰ ਗਿਆ। ਸਾਡੇ ਇੱਥੋਂ ਦੇ MLA ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਸਿੱਧਾ ਸਿੱਧਾ ਐਲਾਨ ਕੀਤਾ ਕਿ ਅਸੀਂ ਇਹਦੇ ਵਿਰੁੱਧ ਧਰਨਾ ਪ੍ਰਦਰਸ਼ਨ ਕਰਾਂਗੇ ਜੇ ਸਰਕਾਰਾਂ ਜਾਣ ਬੁੱਝ ਕੇ ਇੱਦਾਂ ਦੇ ਕੰਮ ਕਰਨਗੀਆਂ, ਏਜੰਸੀਜ਼ ਇੱਦਾਂ ਦੇ ਕੰਮ ਕਰਨਗੀਆਂ, ਕਾਰਪੋਰੇਸ਼ਨ ਹੋਵੇ, ਇੰਪਰੂਵਮੈਂਟ ਟਰੱਸਟ ਹੋਵੇ, ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਹੋਵੇ, ਜਿਨ੍ਹਾਂ ਦਾ ਇਹ ਕੰਮ ਹੁੰਦਾ, ਜੇ ਉਹ ਸੁਚੱਜੇ ਢੰਗ ਨਾਲ ਨਹੀਂ ਕਰਨਗੀਆਂ ਆਮ ਲੋਕਾਂ ਨੂੰ ਮੁਸ਼ਕਲ ਆਊਗੀ ਅਤੇ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ। ਮੈਂ ਕੀ ਲੱਗਦਾ ਨਹੀਂ, ਖਾਸ ਕਰਕੇ ਕਿਤੇ ਕਿਤੇ ਪਵਨ ਜੀ ਸਰਕਾਰਾਂ ਨੂੰ ਘਾਟਾ ਪੈ ਰਿਹਾ, ਕਾਰਪੋਰੇਸ਼ਨ ਘਾਟਾ ਪੈ ਰਿਹਾ। ਮੈਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਲਾਈਟਾਂ ਲੱਗਦੀਆਂ ਬੜੀਆਂ ਮਹਿੰਗੀਆਂ ਲਾਈਟਾਂ ਜਿਹੜੀ ਲੱਗੀਆਂ ਹੋਣਗੀਆਂ, ਪਰ ਕੀ ਲੱਗਦਾ ਵੀ ਜਿਹੜੇ ਚੋਰ ਨੇ ਜਾਂ ਕਿੱਦਾਂ ਜਿਹੜੇ ਇੱਥੋਂ ਸਾਰੀਆਂ ਲਾਈਟਾਂ ਨੂੰ ਉਤਾਰ ਕੇ ਲੈ ਗਏ ਨੇ, ਅਤੇ ਮੈਨੂੰ ਲੱਗਦਾ ਵੀ ਇਸ ਚੀਜ਼ ਨੂੰ ਲੈ ਕੇ ਕਿਤੇ ਕਿਤੇ ਕਾਰਪੋਰੇਸ਼ਨ ਨੂੰ ਘਾਟਾ ਪੈਂਦਾ ਆਊਗਾ। ਇਹ ਚੀਜ਼ ਕਿਉਂ ਨਹੀਂ ਇਸ ਬਾਰੇ ਧਿਆਨ ਦਿੱਤਾ ਗਿਆ, ਜਿਹੜੀਆਂ ਜੇਕਰ ਸਰਕਾਰ ਇੰਨਾ ਪੈਸਾ ਲਾ ਕੇ ਇੱਥੇ ਤਿਆਰ ਕੀਤਾ ਗਿਆ? ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ ਜਿਹੜੀ ਇੱਥੇ ਇੱਕ ਯਾਦਗਾਰ ਸੀ ਉਹਦੀ ਜਿਹੜੀ ਆ ਸੈਲਫ ਜਿਹੜੀ ਉਹ ਟੁੱਟ ਗਈ ਆ, ਹੈ ਉਹ ਖਰਾਬ ਹੋ ਗਈ ਹੈ, ਵੇਖਣ ਨੂੰ ਬੜੀ ਭੈੜੀ ਲੱਗ ਰਹੀ ਆ, ਪਰ ਅੱਜ ਤੱਕ ਕਿਸੇ ਨੇ ਇੱਥੇ ਸੀਮਟ ਤੱਕ ਨਹੀਂ ਲਵਾਇਆ ਵੀ ਸ਼ਾਇਦ ਸੀਮਟ ਲਵਾ ਕੇ ਇਹਨੂੰ ਰਿਪੇਅਰ ਹੀ ਕਰਾਇਆ ਜਾਵੇ। ਮੈਂ ਅੱਗੇ ਹੀ ਅਰਜ਼ ਕੀਤਾ, ਉਹ ਕਹਿੰਦੇ ਨਾ ਮਾਲ ਏ ਮੁਫਤ ਦਿਲੇ ਬੇਰਹਿਮ, ਇਹ ਮੁਫਤ ਦਾ ਮਾਲ ਆ, ਇਹਨਾਂ ਐਡਮਿਨਿਸਟ੍ਰੇਟਿਵ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇੰਪਰੂਵਮੈਂਟ ਟਰੱਸਟ ਨੂੰ ਕੋਈ ਫਰਕ ਨਹੀਂ ਪੈਂਦਾ, ਕਾਰਪੋਰੇਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਮੁਫਤ ਦਾ ਮਾਲ ਸਮਝਦੇ ਆ। ਕੋਈ ਚੋਰੀ ਹੋ ਜੇ, ਲੁੱਟਿਆ ਜਾਵੇ, ਡਕੈਤੀ ਹੋ ਜੇ, ਇੱਥੇ ਕਿਸੇ ਨਾਲ ਲੁੱਟ ਖੋਹ ਹੋ ਜੇ, ਇੱਥੇ ਆਸ਼ਕੀ ਦਾ ਅੱਡਾ ਬਣ ਜੇ, ਚਾਹੇ ਜੁਆਰੀਆਂ ਦਾ ਅੱਡਾ ਬਣ ਜੇ, ਚਾਹੇ ਨਸ਼ੇੜੀਆਂ ਦਾ ਅੱਡਾ ਬਣ ਜੇ, ਕਿਸੇ ਵੀ ਸਰਕਾਰੇ ਦਰਬਾਰੇ ਐਡਮਿਨਿਸਟ੍ਰੇਸ਼ਨ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਪੈਂਦਾ। ਇੱਥੇ ਕਿੱਡੀ ਵੱਡੀ ਬੇਅਦਬੀ ਸਾਡੇ ਸ਼ਹੀਦਾਂ ਦੀ ਯਾਦਗਾਰੀ ਸਿਸਟਮ ਦੇ ਵਿੱਚ ਹੋ ਰਹੀ ਆ, ਜਿੰਨਾ ਵੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਇੱਥੇ ਕੀਤੀ ਗਈ ਸਾਰੀ ਇਸ ਵੇਲੇ ਕੋਲੈਪਸ ਕਰ ਗਈ ਆ। ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਭਗਵੰਤ ਮਾਨ ਪੰਜਾਬ ਸਰਕਾਰ ਹੈ, ਔਰ ਜਿਹੜੀਆਂ ਲੋਕਲ ਐਡਮਿਨਿਸਟ੍ਰੇਸ਼ਨ ਹੈਗੀ ਆ, ਇੰਪਰੂਵਮੈਂਟ ਟਰੱਸਟ ਆ, ਮਿਊਨਸੀਪਲ ਕਾਰਪੋਰੇਸ਼ਨ ਆ, ਉਹਨਾਂ ਦੇ ਆ। ਕਿਉਂ ਉਹਨਾਂ ਨੇ ਜਿੰਨੀ ਮਿਕਦਾਰ ਦੇ ਵਿੱਚ ਮਾਲੀ ਚਾਹੀਦੇ ਆ ਉਹ ਨਹੀਂ ਰੱਖੇ, ਸਿਕਿਉਰਿਟੀ ਸੇਫਟੀ ਦਾ ਕੋਈ ਸਿਸਟਮ ਨਹੀਂ ਰੱਖਿਆ, ਕੂੜੇ ਨੂੰ ਚਲਾਉਣ ਵਾਸਤੇ, ਕੂੜੇ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਖਤਮ ਕਰਨ ਵਾਸਤੇ ਤੁਸੀਂ ਭਗਤਾਂ ਵਾਲਾ ਡੰਪ ਦੇਖ ਲਓ ਖੜ੍ਹਾ ਆ, ਰਣਜੀਤ ਐਵਨਿਊ ਇਸ ਪਾਰਕ ਦੇ ਪਿੱਛੇ ਇੱਕ ਵੱਡਾ ਡੰਪ ਬਣ ਗਿਆ, ਰੋਜ਼ ਆਏ ਦਿਨ ਉੱਥੇ ਅੱਗ ਲਾਈ ਹੁੰਦੀ ਆ, ਇਹਦੀ ਲੈਫਟ ਸਾਈਡ ਵੀ ਇੱਕ ਡੰਪ ਬਣ ਗਿਆ। ਸੋ ਇਹ ਸਾਰੇ ਕਾਰਜ ਪ੍ਰਣਾਲੀ ਦੇ ਵਿੱਚ ਸਰਕਾਰ ਇਸ ਵੇਲੇ ਫੇਲ ਹੋ ਗਈ ਆ, ਮਿਊਨਸੀਪਲ ਕਾਰਪੋਰੇਸ਼ਨ ਇਸ ਵੇਲੇ ਫੇਲ ਹੋ ਗਈ ਆ, ਉਹ ਹੀ ਸਾਨੂੰ ਔਨ ਗਰਾਊਂਡ ਜ਼ਮੀਨ ਦੇ ਉੱਤੇ ਦਿਸ ਰਿਹਾ।
ਕਿ ਪਾਰਕਾਂ ਦੇ ਵੀ ਉਹ ਹਾਲਾਤ ਬਣ ਗਿਆ ਜਿੱਥੇ ਲੋਕ ਹੁਣ ਆਉਣਾ ਵੀ ਮੁਨਾਸਿਬ ਨਹੀਂ ਸਮਝਦੇ। ਲੋਕ ਇਹ ਸੋਚਦੇ ਆ ਕਿ ਜਾਨ ਦਾ ਖੋਹਾ। ਇੱਥੋਂ ਤੱਕ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਕ ਦੱਸਿਆ ਜਾ ਰਿਹਾ ਕਿ ਇੱਕ ਜੱਜ ਰੈਂਕ ਦੀ ਲੇਡੀ ਆ ਉਹਦੇ ਨਾਲ ਵੀ ਲੁੱਟ ਖੋਹ ਇਸ ਇਲਾਕੇ ਦੇ ਵਿੱਚ ਹੋ ਗਈ। ਜਿਹੜੇ ਜੁਡੀਸ਼ਰੀ ਜਿਹੜਾ ਅਦਲੀਆ ਲੋਕਾਂ ਨੂੰ ਇਨਸਾਫ ਦਿੰਦਾ ਆ, ਲੋਕਾਂ ਦੇ ਵਾਸਤੇ ਕਈ ਚੀਜ਼ਾਂ ਸਜ਼ਾ ਦਾ ਪ੍ਰਾਵਧਾਨ ਕਰਦਾ ਆ, ਲੋਕਾਂ ਨੂੰ ਇਨਸਾਫ ਦਿੰਦਾ ਆ, ਜੇ ਅਦਲੀਆ ਦੇ ਨਾਲ ਜੱਜਿਸ ਦੇ ਨਾਲ ਇੱਥੇ ਲੁੱਟ ਖੋਹ ਹੋ ਜਾਊਗੀ, ਤੁਸੀਂ ਆਮ ਬੰਦਾ ਇੱਥੇ ਕਿੱਥੇ ਸੁਰੱਖਿਅਤ ਹੈਗਾ? ਅਸੀਂ ਦੇਖਿਆ ਵੀ ਜਿਵੇਂ ਰਣਜੀਤ ਹੈ ਉਹਨੂੰ ਆ ਪੌਸ਼ ਏਰੀਆ ਵਾ, ਇੱਥੇ ਸ਼ਹਿਰ ਦੇ ਵੱਡੇ ਵੱਡੇ ਲੋਕ ਕਹਿ ਲਓ ਵੀ ਸ਼ਹਿਰ ਦੀ ਮਲਾਈ ਜਿਹੜੀ ਆ, ਵੱਡੇ ਵੱਡੇ ਇੰਡਸਟਰੀ ਲੋਕ, ਵੱਡੇ ਵੱਡੇ ਵਪਾਰੀ, ਡਾਕਟਰ ਜਿਹੜੇ ਇੱਥੇ ਆ ਕੇ ਸੈਰ ਕਰਦੇ ਨੇ ਆ ਕੇ। ਅਸੀਂ ਦੇਖਿਆ ਵੀ ਇਸ ਤਰ੍ਹਾਂ ਜਗ੍ਹਾ ਹਾਲਾਤ ਬਣ ਗਏ ਨੇ, ਇਹ ਸੈਰਗਾਹ ਘੱਟ ਜਾਂ ਯਾਦਗਾਰੀ ਘੱਟ ਅਤੇ ਆਸ਼ਕੀ ਅੱਡਾ ਜ਼ਿਆਦਾ ਬਣ ਚੁੱਕਿਆ। ਅਸੀਂ ਦੇਖਿਆ ਇੱਥੇ ਮੁੰਡੇ ਕੁੜੀਆਂ ਜਿਹਨੇ ਹੀ ਜਿਹੜੇ ਨੇ ਇੱਕ ਦੂਜੀ ਗੱਲਾਂ 'ਚ ਬਾਹਾਂ 'ਚ ਬਾਹਾਂ ਪਾ ਕੇ ਬੈਠੇ ਹੁੰਦੇ ਨੇ, ਕੋਈ ਇੱਥੇ ਰੋਕ ਟੋਕ ਨਹੀਂ ਹੈ, ਕੋਈ ਇੱਥੇ ਪੁਲਿਸ ਦਾ ਨਾਕਾ ਨਹੀਂ ਆ, ਕੋਈ ਇੱਥੇ ਇੱਕ ਚੌਂਕੀਦਾਰ ਨਹੀਂ ਹੈ ਕਿਸੇ ਰੋਕੇ ਵੀ ਇਹ ਸ਼ਹੀਦਾਂ ਦੀ ਸਾਡੀ ਯਾਦਗਾਰ ਆ ਵੀ ਕੋਈ ਆਸ਼ਕੀ ਅੱਡਾ ਨਹੀਂ ਆ। ਪਰ ਮੁੰਡੇ ਕੁੜੀਆਂ ਅਸੀਂ ਦੇਖਿਆ ਇੱਥੇ ਬਾਹਾਂ 'ਚ ਬਾਹਾਂ ਪਾ ਕੇ ਇੱਥੇ ਜਿਹੜੇ ਸਾਈਡ 'ਤੇ ਨੁਕਰਾਂ 'ਚ ਬੈਠੇ ਹੁੰਦੇ ਨੇ। ਦੇਖੋ ਇਹ ਮੰਦਭਾਗੀ ਗੱਲ ਹੈ, ਮੈਂ ਅੱਗੇ ਹੀ ਅਰਜ਼ ਕੀਤਾ ਕਿ ਇਹ ਸਾਰੇ ਕੰਮ ਪ੍ਰਸ਼ਾਸਨ ਦੇ ਹੁੰਦੇ ਆ, ਸੇਫਟੀ ਸਿਕਿਉਰਿਟੀ ਦੇ ਹੁੰਦੇ ਆ। ਜੇ ਕੋਈ ਬਜ਼ੁਰਗ ਕਿਸੇ ਇੱਦਾਂ ਦੇ ਵਿਅਕਤੀ ਨੂੰ ਰੋਕਦਾ ਹੈਗਾ ਤਾਂ ਉਹਦੇ ਨਾਲ ਝਗੜਾ ਕਰਦੇ ਆ। ਇੱਥੇ ਤਾਂ ਆਏ ਦਿਨ ਗੋਲੀਆਂ ਚੱਲਦੀਆਂ, ਤੁਸੀਂ ਆਪ ਦੇਖ ਲਓ। ਪਰ ਤੁਸੀਂ ਇਹ ਵੀ ਦੇਖੋ ਕਿ ਇਹਦੇ ਵਿੱਚ ਸਾਡੇ ਸਮਾਜ ਦੀ ਬੜੀ ਵੱਡੀ, ਮੈਂ ਕਹੂੰਗਾ, ਅਕਾਊਂਟੇਬਿਲਿਟੀ ਹੈਗੀ ਆ, ਸਮਾਜ ਦੀ ਜ਼ਿੰਮੇਵਾਰੀ ਹੁੰਦੀ ਆ। ਜਿਹੜੇ ਸਫੈਦ ਪੋਸ਼ ਲੋਕ, ਜਿਹੜੇ ਲੋਕ ਅਫਸਰ ਹੁੰਦੇ ਆ, ਕਈ ਵਾਰੀ ਕੋਈ ਡਾਕਟਰ ਆ, ਕੋਈ ਇੰਜੀਨੀਅਰ ਆ, ਕੋਈ ਹੋਰ ਕਿਸੇ ਮਹਿਕਮੇ ਦੇ ਵਿੱਚ ਟੌਪ ਬਰਾਸ ਹੈਗਾ, ਉਹ ਕਈ ਵਾਰੀ ਇਹ ਮੁਨਾਸਿਬ ਨਹੀਂ ਸਮਝਦਾ ਕਿਸੇ ਨਾਲ ਉਹ ਬਹਿਸ ਕਰੇ। ਪਰ ਜਿਹੜੇ ਸਫੈਦ ਪੋਸ਼ ਲੋਕ ਆ, ਉਹ ਆਪ ਕੁਝ ਨਹੀਂ ਕਰਦੇ ਗੱਲਾਂ ਤੋਂ ਸਿਵਾਏ। ਤੁਸੀਂ ਪਿੰਡਾਂ 'ਚ ਜੇ ਪਿੰਡ ਨੂੰ ਕਿਤੇ ਇੱਦਾਂ ਦੀ ਜਗ੍ਹਾ ਦਿੱਤੀ ਹੁੰਦੀ ਤਾਂ ਸਵਰਗ ਹੁਣ ਨੂੰ ਬਣਾ ਦੇਣਾ ਸੀ। ਤੁਸੀਂ ਆਪ ਦੇਖ ਲਓ, ਅਤੇ ਜਿਹੜੇ ਸ਼ਹਿਰੀ ਲੋਕ ਆ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿ ਰਿਹਾ, ਪਰ ਮੈਂ ਇਹਨਾਂ ਵੇ ਕਹਿ ਰਿਹਾ ਕਿ ਇਹ ਲੋਕ ਜਿਹੜੇ ਪੌਸ਼ ਏਰੀਏ ਦੇ ਲੋਕ ਆ, ਉਹ ਮੂੰਹ ਨਾਲ ਗੱਲਾਂ ਜ਼ਿਆਦੀਆਂ ਕਰਦੇ ਆ, ਹੱਥਾਂ ਨਾਲ ਕੰਮ ਕੋਈ ਨਹੀਂ ਕਰਦੇ। ਉਹ ਤਾਂ ਛੋਟੀ ਜਿਹੀ ਗੱਲ ਆ, ਇੱਕ ਆਪਣਾ ਮੈਂ ਸਮਝਦਾ ਕਿ ਇੱਕ ਲੱਕੜ ਦੀ ਪੌੜੀ ਚੁੱਕ ਕੇ ਰੱਖਣੀ ਹੋਵੇ ਤਾਂ ਇਹ ਸੋਚਦੇ ਆ ਕਿ ਕੋਈ ਸਾਡਾ ਲੇਬਰਰ ਆਊਗਾ, ਉਹ ਚੱਕ ਕੇ ਰੱਖੂਗਾ। ਸੋ ਇਸ ਕਰਕੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਆ, ਸੈਰ ਇੱਥੇ ਲੋਕ ਕਰਦੇ ਆ, ਇੱਥੋਂ ਦੀ ਜਿਹੜੀ ਐਸੋਸੀਏਸ਼ਨ ਆ ਉਹਨਾਂ ਦੀ ਰਿਸਪੋਂਸੀਬਿਲਿਟੀ ਬਣਦੀ ਆ। ਉਹਨਾਂ ਨੂੰ ਵੀ ਇਹ ਜਵਾਬ ਤਲਬੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਕੋਈ ਮੁੱਦਾ ਉਠਾਇਆ, ਕੋਈ ਗੱਲ ਕੀਤੀ, ਜੇ ਕੀਤੀ ਕਿਹਦੇ ਨਾਲ ਕੀਤੀ ਅਤੇ ਕੀ ਉਹਦਾ ਰਿਜ਼ਲਟ ਨਿਕਲਿਆ। ਓਵਰਆਲ ਇਹ ਠੀਕ ਹੈ ਕਿ ਜਦੋਂ ਦਾ ਬਦਲਾਅ ਵਾਲੀ ਸਰਕਾਰ ਪੰਜਾਬ ਦੇ ਵਿੱਚ ਆ ਗਈ ਆ, ਉਹਨਾਂ ਨੇ ਪੂਰੇ ਸ਼ਹਿਰ ਦਾ ਪੂਰਾ ਮਲੀਆਮੇਟ ਕਰ ਦਿੱਤਾ ਨਕਸ਼ਾ। ਲਾਅ ਐਂਡ ਆਰਡਰ ਦੀ ਸਥਿਤੀ ਉਹ ਮਾੜੀ ਆ, ਪਾਰਕਾਂ ਦੀ ਸਥਿਤੀ ਮਾੜੀ ਆ, ਕੂੜੇ ਦਾ ਪ੍ਰਬੰਧ ਉਹਨੂੰ ਸੰਭਾਲਣ ਦਾ ਕਿਤੇ ਵੀ ਸ਼ਹਿਰ ਦੇ ਵਿੱਚ ਨਹੀਂ ਹੈਗਾ। ਸਾਰੇ ਪਾਸਿਓਂ ਅੰਮ੍ਰਿਤਸਰ, ਗੁਰੂ ਨਗਰੀ ਇਸ ਵੇਲੇ ਕਲੈਪ ਸਾਨੂੰ ਦਿਖ ਰਹੀ ਆ, ਟ੍ਰੈਫਿਕ ਤੋਂ ਲੈ ਕੇ, ਲਾਅ ਐਂਡ ਆਰਡਰ ਤੋਂ ਲੈ ਕੇ, ਸਾਫ਼ ਸਫਾਈ ਦੇ ਪ੍ਰਬੰਧਾਂ ਤੋਂ ਲੈ ਕੇ, ਇੱਥੋਂ ਤੱਕ ਕਿ ਤੁਸੀਂ ਦੇਖ ਲਿਆ ਕਿ ਜਿਹੜੀ ਸ਼ਹੀਦਾਂ ਦੀ ਯਾਦਗਾਰ ਆ ਉਹਦੇ ਹਾਲਾਤ ਇਹਨਾਂ ਲੋਕਾਂ ਨੇ ਕੀ ਕਰ ਦਿੱਤੇ ਆ, ਤਰਸਯੋਗ ਹਾਲਾਤ ਕਰ ਦਿੱਤੇ ਆ। ਮੈਂ ਤਾਂ ਬੇਨਤੀ ਕਰੂੰਗਾ ਕਿ ਜੇ ਇਹਦੀ ਸੇਵਾ ਸੰਭਾਲ ਨਹੀਂ ਕਰਨੀ, ਜੇ ਇਹਨੂੰ ਦੁਬਾਰਾ ਰੀਸਟੋਰ ਨਹੀਂ ਕਰਨਾ, ਜੇ ਇਹਦਾ ਖਿਆਲ ਨਹੀਂ ਰੱਖਣਾ, ਤਾਂ ਤੁਸੀਂ ਫਿਰ ਇੱਦਾਂ ਦੀਆਂ ਯਾਦਗਾਰਾਂ ਬਣਾਇਆ ਵੀ ਨਾ ਕਰੋ। ਉਹਨਾਂ ਸ਼ਹੀਦਾਂ ਦੇ ਨਾਮ ਦੇ ਉੱਤੇ ਝੂਠੀਆਂ ਅਖਬਾਰਾਂ ਵਿੱਚ ਵੀਡੀਓਜ਼, ਝੂਠੀਆਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ, ਫੋਟੋਆਂ, ਇਹ ਵੱਡੀਆਂ ਵੱਡੀਆਂ ਖਬਰਾਂ ਫਿਰ ਨਾ ਲਵਾਇਆ ਕਰੋ, ਫੋਟੋ ਓਪਰਚੁਨਿਟੀ ਨਾ ਬਣਾਇਆ ਕਰੋ। ਬਾਬਾ ਜੀ, ਅਸੀਂ ਦੇਖਿਆ ਵੀ ਖਾਸ ਕੇ ਜਦੋਂ ਅਨਿਲ ਜੋਸ਼ੀ ਦੀ ਸਰਕਾਰ ਸੀ ਅਕਾਲੀ ਭਾਜਪਾ, ਅਸੀਂ ਦੇਖਿਆ ਵੀ ਉਹਨਾਂ ਨੇ ਇੱਥੇ ਜਿਹੜਾ ਕਿ ਫਾਊਂਡ ਸਿਸਟਮ ਲਾ ਗਿਆ ਸੀ, ਮਿਊਜ਼ਿਕ ਸਿਸਟਮ ਲਗਾਇਆ ਗਿਆ, ਫੁਹਾਰੇ ਲਗਾਏ ਗਏ ਸੀ, ਅਤੇ ਬੜਾ ਖਿੱਚ ਦਾ ਕੇਂਦਰ ਸੀ ਜਦੋਂ ਲੋਕ ਇੱਥੇ ਲੰਘਦੇ ਸੀ, ਅਤੇ ਖਾਸ ਕਰਕੇ ਇੱਥੋਂ ਫੁਹਾਰੇ ਜਿਹੜੇ ਚੱਲਦੇ ਸੀ, ਲਾਈਟਿੰਗ ਸਿਸਟਮ ਬਹੁਤ ਵਧੀਆ ਲਗਾਇਆ ਸੀ, ਬੜਾ ਵਧੀਆ ਅਰੇਂਜਮੈਂਟ ਸੀ। ਮੈਨੂੰ ਅੱਜ ਵੀ ਯਾਦ ਆ ਜਦੋਂ ਉਸ ਟਾਈਮ ਦੇ ਮੰਤਰੀ ਸੀ, ਇਹਨਾਂ ਨੇ ਸ਼ੁਰੂਆਤ ਕੀਤੀ ਸੀ, ਅਤੇ ਲਾਈਟ ਸਿਸਟਮ ਸੀ ਜਦੋਂ ਫੁਹਾਰੇ ਚੱਲਦੇ ਸੀ, ਅਤੇ ਮਿਊਜ਼ਿਕ ਸਿਸਟਮ ਨਿਕਲਦਾ ਸੀ, ਇਸ ਤੋਂ ਬਾਅਦ ਕੰਪਨੀ ਵਾਈਜ਼ ਲਗਾਇਆ ਗਿਆ ਸੀ।
ਸੀ, ਇੱਕ ਜਿਹੜਾ ਸਾਡਾ ਰਾਸ਼ਟਰੀ ਝੰਡਾ ਜਿਹੜਾ ਉਹ ਉੱਥੇ ਲਗਾਇਆ ਗਿਆ ਵਾ, ਬੜਾ ਵੱਡਾ ਪੈਸੇ ਖਰਚ ਕੇ ਜਿਹੜਾ ਇਸੀ ਲਗਾਇਆ ਗਿਆ, ਪਰ ਅੱਜ ਅਣਦੇਖਾ ਕੀਤਾ ਗਿਆ ਸਰਕਾਰ ਵੱਲੋਂ, ਨਹੀਂ ਇਸ ਬਸ ਸਾਂਭ ਸੰਭਾਲ ਕੀਤੀ ਗਈ। ਮੈਨੂੰ ਲੱਗਦਾ ਜਿਹੜੇ ਫਾਊਂਡੇਸ਼ਨ ਜੀ ਜਿਹੜੇ ਫੰਗਵਾਰੇ ਸੀ ਜਿਹੜੇ ਉਸ ਟਾਈਮ ਮੀਡੀਆ ਚੱਲਦੇ ਸੀ, ਮੈਨੂੰ ਲੱਗਦਾ ਸਾਰਾ ਸਿਸਟਮ ਕਿਤੇ ਬੰਦ ਹੋ ਗਿਆ। ਤੁਸੀਂ ਇੱਕ ਵਾਰ, ਸਿਆਸੀ ਗੱਲ ਤਾਂ ਇਹ ਆ ਕਿ ਤੁਸੀਂ ਹੁਣ ਲੀਡਰਸ ਦਾ ਬਿਆਨ ਸੁਣਿਆ ਹੋਊਗਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਕਰਕੇ ਚੋਣਾਂ ਹਾਰੀ ਆ ਕਿ ਅਫਸਰਸ਼ਾਹੀ ਜਿਹੜੀ ਆ ਉਹ ਉਹਨਾਂ ਦੇ 'ਤੇ ਨਕੇਲ ਨਹੀਂ ਸੀ, ਬੇਲਗਾਮ ਸੀ। ਅਤੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਲੋਕ, ਇਹ ਸਰਕਾਰਾਂ ਅਫਸਰਸ਼ਾਹੀ 'ਤੇ ਕਿੰਨੀਆਂ ਡਿਪੈਂਡੈਂਟ ਨੇ ਕਿ ਉਹ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਕਮਿਸ਼ਨਰ, ਡਿਪਟੀ ਕਮਿਸ਼ਨਰ, ਇੰਪਰੂਵਮੈਂਟ ਟਰੱਸਟ ਦੇ ਜਿੰਨੇ ਅਫਸਰ ਆ, ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀਜ਼ ਦੇ ਜਿੰਨੇ ਅਫਸਰ ਆ, ਉਹਨਾਂ ਨੂੰ ਕੰਟਰੋਲ ਦੇ ਵਿੱਚ ਨਹੀਂ ਲਿਆ ਰਹੇ। ਜਿੱਥੇ ਭਾਰਤ ਦੇਸ਼ ਦਾ ਤਿਰੰਗਾ ਲੱਗਾ ਹੋਵੇ, ਜਿੱਥੇ ਯਾਦਗਾਰ ਹੋਵੇ, ਉਹਦੇ ਆਲੇ ਦੁਆਲੇ ਕੂੜੇ ਦਾ ਡੰਪ ਬਣਾ ਰਹੇ ਹੋਣ, ਤੁਸੀਂ ਆਪ ਸਮਝ ਲਓ ਕਿ ਇਹਨਾਂ ਦੀ ਕਿਹੜੀ ਇਹਨਾਂ ਦੀ ਨੀਅਤ ਹੈ, ਇਹ ਕੀ ਸੋਚ ਰਹੇ ਹੋਣਗੇ ਅੰਮ੍ਰਿਤਸਰ ਦੇ ਲੋਕਾਂ ਬਾਰੇ। ਸੋ ਇੱਥੋਂ ਇਹ ਸਿੱਧੀ ਗੱਲ ਹੈ ਕਿ ਹਾਂ, ਸਮੇਂ ਦੀਆਂ ਸਰਕਾਰਾਂ ਨੇ ਕੰਮ ਕੀਤੇ ਸੀ, ਉਹਨੂੰ ਮੇਨਟੇਨ ਕਰਨਾ ਏਜੰਸੀਜ਼ ਦਾ ਕੰਮ ਹੁੰਦਾ ਆ, ਜਿਹੜੀਆਂ ਮੌਜੂਦਾ ਸਰਕਾਰਾਂ ਆ ਉਹਨਾਂ ਦਾ ਕੰਮ ਹੁੰਦਾ, ਪਰ ਇਹ ਸਿਰਫ ਅਖਬਾਰੀ ਇਸ਼ਤਿਹਾਰ, ਕੁਝ ਇੱਕ ਜਿਹੜੇ ਮੰਚ ਆ ਚੈਨਲਸ ਆ ਉਹਨਾਂ ਦੇ ਨਾਲ ਫੋਟੋ ਓਪਰਚੁਨਿਟੀ, ਵੀਡੀਓ ਓਪਰਚੁਨਿਟੀ ਦਰਸਾ ਦਿੰਦੇ ਆ, ਪਰ ਔਨ ਗਰਾਊਂਡ ਕੋਈ ਵੀ ਚੀਜ਼ ਇਹਨਾਂ ਕੋਲੋਂ ਇਸ ਵੇਲੇ ਸੰਭਲ ਨਹੀਂ ਰਹੀ। ਇਹ ਸਰਕਾਰ ਟੋਟਲੀ ਫੇਲ ਹੋ ਗਈ ਆ, ਜਿਹਦਾ ਨਮੂਨਾ ਅਸੀਂ ਪਾਰਕਾਂ 'ਚ ਦੇਖ ਰਹੇ ਹਾਂ, ਜਿਹਦਾ ਨਮੂਨਾ ਅਸੀਂ ਸੜਕਾਂ ਦੇ ਵਿੱਚ ਟ੍ਰੈਫਿਕ ਦੇ ਰੂਪ ਦੇ ਵਿੱਚ ਦੇਖ ਰਹੇ ਹਾਂ, ਜਿਹਦਾ ਨਮੂਨਾ ਅਸੀਂ ਵੱਡੇ ਲੈਵਲ 'ਤੇ ਬਦਲੀਆਂ ਦੇ ਰੂਪ ਦੇ ਵਿੱਚ ਦੇਖ ਰਹੇ ਹਾਂ ਪੁਲਿਸ ਦੀਆਂ। ਤੁਸੀਂ ਆਪ ਇੱਥੋਂ ਸਮਝ ਲਓ, ਮੈਂ ਆਊਟ ਆਫ ਟੋਪਿਕ ਨਹੀਂ ਜਾਣਾ ਚਾਹੁੰਦਾ, ਪਰ ਜਿਹੜੀ ਮੁੱਖ ਮੰਤਰੀ ਕਹਿ ਰਹੇ ਜੀ ਇੱਕ ਪਾਸੇ ਕਿ ਅਸੀਂ ਪੁਲਿਸ ਔਰ ਜਿਹੜਾ ਡਰੱਗਸ ਪੈਡਲਰਸ ਆ ਉਹਨਾਂ ਦਾ ਨੈਕਸਸ ਤੋੜਨ ਵਾਸਤੇ ਇਹਨਾਂ ਦੀ ਬਦਲੀ ਕੀਤੀ ਆ, ਉਧਰੋਂ ਜਿਹੜਾ DGP ਉਹ ਕਹਿ ਰਿਹਾ ਸਾਡੀ ਪੁਲਿਸ 'ਤੇ ਕੋਈ ਦਾਗ ਨਹੀਂ ਹੈਗਾ, ਇਹ ਬਦਲੀਆਂ ਰੂਟੀਨ ਦੇ ਵਿੱਚ ਹੋਈਆਂ। ਉਹਨਾਂ ਦੋਨਾਂ ਨੂੰ ਵੀ ਪੁੱਛੇ ਕਿ ਜੇ ਤੁਸੀਂ ਵਾਕਈ ਸ਼ਹਿਰਾਂ 'ਚੋਂ, ਪਾਰਕਾਂ 'ਚੋਂ, ਹਰ ਜਗ੍ਹਾ ਤੋਂ ਡਰੱਗਸ ਖਤਮ ਕਰਨੀਆਂ, ਅਤੇ ਤੁਹਾਡੇ ਡਿਪਾਰਟਮੈਂਟ ਦੇ ਵਿੱਚ AIG ਰਾਜਜੀਤ ਸਿੰਘ ਜਿਹੜਾ ਡਰੱਗਸ ਦੇ ਮਾਮਲੇ 'ਚ ਦੋਸ਼ੀ ਆ, ਉਹ ਅਜੇ ਤੱਕ ਤਾਂ ਤੁਸੀਂ ਫੜਿਆ ਹੀ ਨਹੀਂ। ਜੇ ਉਹਨੂੰ ਹੀ ਨਹੀਂ ਫੜਿਆ ਤਾਂ ਤੁਸੀਂ ਆਮ ਪੈਡਲਰ ਨੂੰ ਕਿਵੇਂ ਫੜ ਲਓਗੇ? ਮੌਜੂਦਾ ਇਸ ਵੇਲੇ ਪੰਜਾਬ 'ਚ ਇੱਕ IPS ਔਫਿਸਰ ਆ DIG ਰੈਂਕ ਦੇ ਉੱਪਰ, ਉਹਦੇ ਉੱਪਰ ਚਾਰਜਸ਼ੀਟ ਹੋਈ ਆ ਡਰੱਗਸ ਵਾਲਿਆਂ ਕੋਲ ਪੈਸੇ ਲੈਣ ਦੇ ਉੱਤੇ, ਉਹ DG ਨੂੰ ਜਾ ਕੇ ਬੁੱਕੇ ਦੇ ਰਿਹਾ। ਤੁਸੀਂ ਆਪ ਸਮਝ ਲਓ ਕਿ ਗੱਲ ਉਹ ਕਰਦੇ ਛੋਟੇ ਲੋਕਾਂ ਦੇ, ਜਿਹੜੀਆਂ ਸਮਾਲ ਫਿਸ਼ਿਜ਼ ਆ ਉਹਨੂੰ ਫੜਨ ਦੀਆਂ ਕਰਦੇ, ਆਮ ਗਲੀ ਮੁਹੱਲੇ 'ਚੋਂ ਚੱਕ ਕੇ ਜੇਲ੍ਹਾਂ ਭਰੀ ਜਾਣਗੇ, ਅਤੇ ਜੇਲ੍ਹਾਂ ਦੇ ਵਿੱਚ ਵੀ ਨਸ਼ੇ ਉਨੇ ਹੀ ਜ਼ਿਆਦੇ ਆ, ਉਸ ਤੋਂ ਵੀ ਜ਼ਿਆਦੇ ਆ। ਜੇਲ੍ਹਾਂ 'ਚ ਨਸ਼ਾ ਬੰਦ ਨਹੀਂ ਹੋਇਆ, ਗਰੀਬ ਲੋਕਾਂ ਨੂੰ ਫੜ ਫੜ ਅੰਦਰ ਦੇਣਗੇ, ਜਿਹੜੇ ਵੱਡੇ ਸਮਗਲਰ ਆ, ਪੈਡਲਰਸ ਆ, ਉਹਨਾਂ ਦੇ ਨਾਲ ਇਹਨਾਂ ਦਾ ਗੱਠਜੋੜ ਆ। ਮੈਂ ਅਰਜ਼ ਕੀਤਾ ਰਾਜਜੀਤ ਨੂੰ ਫੜਿਆ ਨਹੀਂ, ਉਹ DIG ਜਿਹਦੇ ਉੱਤੇ ਚਾਰਜਸ਼ੀਟ ਹੋਈ ਆ ਨਸ਼ੇ ਦੇ ਮਾਮਲੇ 'ਚ 20 ਤੋਂ 25 ਲੱਖ ਰਿਸ਼ਵਤ ਲੈਣ ਦੀ, ਉਹ ਬੰਦਾ ਅਜੇ ਤੱਕ ਉਹ ਆਪਣੇ ਨੌਕਰੀ 'ਤੇ ਉੱਦਾਂ ਹੀ ਚੱਲ ਰਿਹਾ। ਸੋ ਇਹ ਸਾਰੀਆਂ ਗੱਲਾਂ ਤੋਂ ਸਾਨੂੰ ਅੰਦੇਸ਼ਾ ਹੋ ਰਿਹਾ ਕਿ ਇਹਨਾਂ ਨੇ ਪੰਜਾਬੀਆਂ ਨੂੰ, ਪੰਜਾਬੀਅਤ ਨੂੰ, ਪੰਜਾਬ ਦੀ ਕਲਚਰ, ਸਕਾਫਤ, ਹਿਸਟਰੀ, ਵਿਰਾਸਤ, ਜੋ ਵੀ ਚੀਜ਼ ਆ ਪੰਜਾਬੀ ਸੱਭਿਆਚਾਰ ਆ, ਉਹਨੂੰ ਖਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ। ਗੁਰੂ ਨਗਰੀ ਸਾਡੀ ਅੰਮ੍ਰਿਤਸਰ, ਜਿਹੜਾ ਜਿੱਥੇ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਆ ਡੇਲੀ, ਬਾਰਡਰ ਏਰੀਆ ਵੀ ਆ, ਬਾਰਡਰ ਸਿਟੀ ਵੀ ਆ, ਜਿੱਥੇ ਤਾਂ ਸਪੈਸ਼ਲ ਪੈਕੇਜਸ ਹੋਰ ਹੋਣੇ ਚਾਹੀਦੇ ਸੀ, ਉਹ ਤਾਂ ਕੀ ਲਿਆਉਣੇ ਆ। ਅਲਟੀਮੇਟਲੀ ਇਸ ਗੁਰੂ ਨਗਰੀ ਨੂੰ ਟੋਟਲੀ ਖਤਮ ਕਰ ਦਿੱਤਾ। ਨਾ ਇੱਥੋਂ ਦਾ MP ਕਦੀ ਇਹਨਾਂ ਗੱਲਾਂ 'ਤੇ ਬੋਲਦਾ, ਨਾ ਕੋਈ ਪ੍ਰਦਰਸ਼ਨ ਕਰਦਾ, ਨਾ ਹੀ ਕੋਈ ਲੀਡਰ ਇਹਨਾਂ ਗੱਲਾਂ ਦੇ ਉੱਤੇ ਬੋਲਦਾ। ਇਹ ਸਿੱਧਾ ਸਿੱਧਾ ਮੇਰਾ ਆਰੋਪ ਆਮ ਆਦਮੀ ਪਾਰਟੀ ਦੇ ਉੱਤੇ ਹੈਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਪਵਨ ਸ਼ਰਮਾ, ਜਿਹੜੇ ਕਿ ਸਮਾਜ ਸੇਵੀ ਨੇ। ਤੁਸੀਂ ਅਕਸਰ ਦੇਖਿਆ ਵੀ ਪੰਜਾਬ ਦੇ ਮੁੱਦਿਆਂ 'ਤੇ, ਪੰਜਾਬ ਦੀਆਂ ਗੱਲਾਂ 'ਤੇ, ਪੰਜਾਬ ਦੀਆਂ ਜਿਹੜੀਆਂ ਯਾਦਗਾਰਾਂ 'ਤੇ, ਉਹਨਾਂ 'ਤੇ ਬੋਲਦੇ ਨੇ। ਤੁਸੀਂ ਦੇਖਿਆ ਅੱਜ ਅੰਮ੍ਰਿਤ ਆਨੰਦ ਪਾਰਕ ਦੀਆਂ ਤੁਹਾਨੂੰ ਤਸਵੀਰਾਂ ਵਿਖਾਈਆਂ ਵਾ, ਜਿਹੜੇ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਣਾਇਆ ਸੀ। ਪਰ ਜਦੋਂ ਹਾਲਾਤ ਹੋਏ, ਜੋ ਨਵੀਆਂ ਸਰਕਾਰਾਂ ਆਈਆਂ, ਤਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋ ਗਏ ਨੇ। ਅੱਜ ਇਹ ਜਿਹੜਾ ਤਰਸਯੋਗ ਹਾਲਾਤ ਹੋ ਗਏ ਨੇ, ਸਾਡੇ ਜਿਹੜੀ ਸ਼ਹੀਦਾਂ ਦੀਆਂ ਯਾਦਾਂ ਜਿਹੜੀਆਂ ਪਾਰਕ ਬਣਾਇਆ ਵਾ,
ਅੱਜ ਤੁਸੀਂ ਦੇਖ ਸਕਦੇ ਹੋ ਇੱਥੇ ਆਸ਼ੀ ਅੱਡਾ ਬਣਿਆ। ਸਾਨੂੰ ਬੜੀ ਸ਼ਰਮ ਦੀ ਗੱਲ ਕਹਿਣੀ ਪੈਂਦੀ ਆ, ਇੱਥੇ ਮੁੰਡੇ ਕੁੜੀਆਂ ਜਿਹੜੇ ਆ ਕੇ ਬੈਠਦੇ ਨੇ। ਪਰ ਇਹ ਜਿਹੜੀ ਆਨੰਦ ਪਾਰਕ, ਜਿਹੜੀ ਅੰਮ੍ਰਿਤ ਆਨੰਦ ਪਾਰਕ ਬਣਾਈ ਗਈ ਆ, ਅੱਜ ਤੱਕ ਕਿਸੇ ਸਰਕਾਰਾਂ ਨੇ ਦੀ ਜਿਹੜੀ ਮੌਜੂਦਾ ਸਰਕਾਰ ਆ ਹਜੇ ਤੱਕ ਸਾਰ ਨਹੀਂ ਲਈ। ਸਾਡਾ ਵੀ ਸਰਕਾਰਾਂ ਨੂੰ ਅਪੀਲ ਆ ਵੀ ਇਸ ਵੱਲ ਧਿਆਨ ਦਿੱਤਾ ਜਾਵੇ, ਕਿਉਂਕਿ ਅੰਮ੍ਰਿਤਸਰ ਦੀ ਜਿਹੜੀ ਅੰਮ੍ਰਿਤ ਆਨੰਦ ਪਾਰਕ ਆ, ਅਤੇ ਨਾਲ ਹੀ ਜਿਹੜਾ ਇੱਥੇ ਜਲ੍ਹਿਆਂਵਾਲੇ ਬਾਗਾਂ ਦੀ ਜਿਹੜੀ ਹੈ ਜਿਹੜੀ ਸ਼ਹੀਦਾਂ ਦੀ ਜਿਹੜੀ ਸਮਾ ਬਣਾਈ ਗਈ ਆ, ਅਤੇ ਸ਼ਹੀਦਾਂ ਦੀ ਜਿਹੜੀ ਸੂਚੀ ਦਿੱਤੀ ਗਈ ਹੈ। ਤੁਸੀਂ ਦੇਖਿਆ ਕੀ ਹਾਲਾਤ ਨੇ, ਥਾਂ ਥਾਂ 'ਤੇ ਲਾਈਟਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ, ਥਾਂ ਥਾਂ 'ਤੇ ਫਰਸ਼ ਟੁੱਟਿਆ ਹੋਇਆ ਵਾ, ਅਤੇ ਥਾਂ ਥਾਂ 'ਤੇ ਜ਼ੋਰ ਜਿਹੜੇ ਨੰਗੇ ਨੇ, ਅਤੇ ਪਾਣੀ ਦਾ ਤੁਹਾਨੂੰ ਦਿਖਾਇਆ ਜਦੋਂ ਅੰਦਰ ਤੁਸੀਂ ਐਂਟਰ ਹੁੰਦੇ ਹੋ, ਇੰਨਾ ਕੁ ਪਾਣੀ ਸੀਵਰ ਦਾ ਜਿਹੜਾ ਖੜਿਆ ਹੋਇਆ ਵਾ, ਅਤੇ ਬਦਬੂ ਅਤੇ ਗੰਦਗੀ ਦੇ ਢੇਰ ਪਾਣੀ ਦੇ ਜਿਹੜੇ ਲਗਾ ਰਹੇ ਨੇ, ਅਤੇ ਮੱਛਰ ਜਿਹੜਾ ਵਾ ਉਹ ਕਿਤੇ ਕਿਤੇ ਸੱਦਾ ਦੇ ਰਿਹਾ ਮਲੇਰੀਆ ਅਤੇ ਡੇਂਗੂ ਦਾ। ਸਾਡੀ ਵੀ ਸਰਕਾਰ ਨੂੰ ਅਪੀਲ ਆ ਵੀ ਲੋਕ ਇੱਥੇ ਸੈਰ ਕਰਨ ਵਾਸਤੇ ਆਉਂਦੇ, ਨਾ ਕਿ ਬਿਮਾਰੀਆਂ ਲੈ ਕੇ ਜਾਂਦੇ ਨੇ ਡੇਂਗੂ ਵਰਗੀਆਂ ਜਾਂ ਬੁਖਾਰ ਵਰਗੀਆਂ। ਸਾਡੀ ਸਰਕਾਰ ਨੂੰ ਅਪੀਲ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕਿ ਲੋਕਾਂ ਨੂੰ ਜਿਹੜੀ ਕਿ ਯਾਦਗਾਰੀ ਪਾਰਕ ਆ ਉਹ ਜਿਹੜਾ ਮਿਲ ਸਕੇ, ਅਤੇ ਆਪਣੇ ਜਿਹੜੇ ਸ਼ਹੀਦਾਂ ਦੀ ਜਿਹੜੀ ਆ ਯਾਦ ਨੂੰ ਉਹ ਸਾਂਭ ਕੇ ਰੱਖਣ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।